ਭੈਣ ਭਾਈਆਂ ਨੇ ਕਹਿੰਦੀ ਜੋ ਭੈਣ ਭਾਈ ਸਾਡੀ ਸਪੋਰਟ ਕਰਦੇ ਨੇ ਨਾ, ਬੜੀ ਮਿਹਰਬਾਨੀ, ਭਾਈ ਦੀ ਜਿਹੜੀ ਵੀਡੀਓ ਅੱਗੇ ਸ਼ੇਅਰ ਕਰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ, ਬਹੁਤ ਮਿਹਰਬਾਨੀ, ਮੈਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਬੜਾ ਬੜਾ ਸ਼ੁਕਰੀਆ ਅਦਾ ਕਰਨੀ ਆ। ਹਾਂ, ਇਹ ਚੀਜ਼ ਜਿਹੜੀ ਇਹਨੇ ਥੱਲੇ ਜਾਣੀ ਹੈ ਨਾ, ਇਹਦੀ ਇੱਕ ਰਦਾ ਇਹਦੇ ਥੱਲੇ ਲੱਗਣਾ, ਉਹ ਇਹਦਾ ਲੱਗਣਾ ਹੈ, ਅਤੇ ਬਸ ਉਸ ਤੋਂ ਬਾਅਦ ਫਿਰ ਤਾਂ ਮਾਸ਼ਾਅੱਲਾ। ਕਿੰਨੇ ਪਿਆਰੇ ਲੱਗਦੇ ਪਏ, ਦੋਵੇਂ ਵਿੰਡੋ ਵੀ ਔਰ ਦਰਵਾਜ਼ਾ ਵੀ ਮਾਸ਼ਾਅੱਲਾ ਫਿੱਟ ਹੋ ਗਿਆ ਹੈ। ਜਦੋਂ ਇਹਨਾਂ ਤੇ ਰੰਗ ਲੱਗੇਗਾ ਉਦੋਂ ਇਤਨਾ ਖੂਬਸੂਰਤ ਜਿਹੜਾ ਹੋਰ ਲੱਗੇਗਾ। ਅਲਹਮਦੁਲਿਲਾ ਜੀ, ਇਹ ਜੋ ਕੁਛ ਵੀ ਅੱਜ ਤੀਕਰ ਹੋ ਚੁੱਕਿਆ ਨਾ, ਇਹ ਸਾਰਾ ਦਾ ਸਾਰਾ ਕ੍ਰੈਡਿਟ ਜਿਹੜਾ ਨਾ ਉਹ ਸਫਦਰ ਫੈਮਿਲੀ ਨੂੰ ਜਾਂਦਾ। ਅਸੀਂ ਕੁਛ ਵੀ ਨਹੀਂ ਹੈ, ਮੈਂ ਤਾਂ ਪਿਛਲੇ ਇੱਕ ਡੇਢ ਸਾਲ ਤੋਂ ਲੱਗਾ ਹੋਇਆ ਸੀ, ਕੁਛ ਵੀ ਨਹੀਂ, ਜਿੰਨੇ ਤੀਕਰ ਸਫਦਰ ਫੈਮਿਲੀ ਨਾਲ ਨਹੀਂ ਜੁੜੀ ਉਹਨਾਂ ਨੇ ਸਪੋਰਟ ਨਹੀਂ ਕੀਤੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। ਪਰਵਰਦਿਗਾਰ ਦੀਆਂ ਰਹਿਮਤਾਂ, ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਹਾਂ ਜੀ। ਧੁੱਪਾਂ ਵਿੱਚ ਵੀ ਨਾ ਸੁਬਹ ਸੁਬਹ ਪੰਪ ਨਹੀਂ ਸੀ ਸਾਡਾ ਚੱਲਦਾ, ਉਦੋਂ ਵੀ ਸਾਨੂੰ 9-10 ਵਜੇ ਦਾ ਇੰਤਜ਼ਾਰ ਕਰਨਾ ਪੈਂਦਾ ਸੀ, ਲੇਕਿਨ ਹੁਣ ਅਲਹਮਦੁਲਿਲਾ ਕੱਲ੍ਹ ਦਾ ਜਿਹੜਾ ਨਾ ਏਡਾ ਸਕੂਨ ਹੋ ਗਿਆ ਨਾ, ਕਿ ਜਿਸ ਟਾਈਮ ਦਿਲ ਕਰੋ ਰਾਤ ਨੂੰ, ਦਿਨ ਨੂੰ, ਸ਼ਾਮ ਨੂੰ, ਜਿਸ ਟਾਈਮ ਦਿਲ ਕਰੋ ਨਾ ਸੋਲਰ ਪੰਪ ਜਿਹੜਾ ਨੇ ਜਿਸ ਚਲਾ ਲਓ। ਮੈਂ ਔਰ ਬੇਗਮ ਸਾਹਿਬ ਸੁਬਹ ਸੁਬਹ ਵਾਕ ਕਰਦੇ ਕਰਦੇ ਬਾਹਰ ਆਏ ਹਾਂ ਜੀ, ਔਰ ਮਿੱਟੀ ਜਿਹੜੀ ਹੈ ਨਾ ਉਹ ਸਾਡੀ ਯੈਸ ਹੋਈ ਪਈ ਹੈ, ਫਿਲਹਾਲ ਓਕੇ ਹੋਈ ਪਈ ਆ, ਕਿਉਂਕਿ ਕੱਲ੍ਹ ਦੁਪਹਿਰ ਦੀ ਤਕਰੀਬਨ ਇਹ ਭਿੱਜਣ ਲੱਗੀ ਆ, ਹੁਣ ਓਕੇ ਹੋਈ ਪਈ ਹੈ ਨਾ। ਇਹਨੂੰ ਹੁਣ ਕੀ ਸੂਰਤ ਹਾਲ ਹੈ ਅੱਜ ਦੀ, ਜਾਂ ਤੁਹਾਡੀ ਰੂਟੀਨ ਕੀ ਹੈ? ਇਹਨੂੰ ਅੱਜ ਬਣਾ ਛੱਡੋ ਤੇ ਲੈ ਫਿਰ ਕਿਵੇਂ ਸੁਬਹ ਲਾ ਲਓ। ਸਹੀ ਹੋਈ ਤੇ ਫਿਰ ਲੱਗ ਜਾਵੇਗੀ, ਅਗਰ ਨਾ ਸਹੀ ਹੋਈ ਤੇ ਫਿਰ ਸੁਬਹ ਲੱਗੇਗੀ, ਕਿਉਂਕਿ ਮੈਂ ਮਿੱਟੀ ਨੂੰ ਵਿੱਚਾ ਮਾਰਿਆ ਨਾ ਪੈਰ। ਉਹ ਭਾਈ ਇਹ ਬਾਹਰ ਪਈ ਏ, ਅੱਛਾ ਜਿਹੜੀ ਅੰਦਰ ਏ ਉਹ ਗਲੀ ਪਈ ਸਾਰੀ, ਤੇ ਬਸ ਬਣਾ ਦੇਵੇ ਲਾਜ ਸਾ, ਕਿਉਂਕਿ ਬੱਚਿਆਂ ਨੂੰ ਛੁੱਟੀਆਂ ਨੇ, ਜਲਦੀ ਜਲਦੀ ਹੋ ਜਾਵੇ, ਕਿਉਂਕਿ ਸਨੈਣਾ ਦਰਦ ਦੇ ਕੋਲ ਫਿਰ ਬੱਚੇ ਟਿਕੇ ਰਹਿੰਦੇ ਨੇ, ਅਗਰ ਉਹਨਾਂ ਨੂੰ ਛੁੱਟੀਆਂ ਨਾ ਮਿਲਣ ਤੇ ਫਿਰ ਬੱਚੇ ਨੂੰ ਸੰਭਾਲਣਾ ਔਰ ਇਧਰ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਹਾਂ, ਤੇ ਤੁਸੀਂ ਬਣਾ ਦਿਓ ਤੇ ਘਰ ਦਾ ਕਰਕੇ ਨਾਸ਼ਤਾ ਕਰਕੇ ਆਏ ਸਾ, ਜਿਹੜੀ ਟਾਈਮ ਲੱਗਾ ਲਾਲ ਸਾ। ਤੁਸੀਂ ਦੋਵਾਂ ਜਣੀਆਂ ਨੇ ਨਾ ਲਾਣੀ ਹੈ ਮਿੱਟੀ, ਔਰ ਅਸੀਂ ਦੋਵਾਂ ਨੇ ਕੰਮ ਇਹ ਕਰਨਾ ਕਿ ਅਸੀਂ ਇੱਕ ਤਾਂ ਦਰਵਾਜ਼ੇ ਫਿੱਟ ਕਰਨੇ ਨੇ ਜਾਂ ਕਰਵਾਉਣੇ ਨੇ, ਆਪਣੇ ਕੋਲੋਂ ਹੋ ਗਏ ਤਾਂ ਠੀਕ ਹੈ, ਨਾ ਹੋਏ ਤੇ ਮਿਸਤਰੀ ਨੂੰ ਸੱਦ ਲਾਂਗੇ, ਦਰਵਾਜ਼ੇ ਫਿੱਟ ਕਰਵਾਉਣੇ ਨੇ। ਔਰ ਉਸ ਤੋਂ ਇਲਾਵਾ ਇਹ ਵਾਸ਼ਰੂਮ ਦੀਆਂ ਬੁਨਿਆਦਾਂ ਜਿਹੜੀਆਂ ਨਾ ਉਹ ਅਸੀਂ ਇੱਥੋਂ ਬਣਾਵਾਂਗੇ ਜਿਵੇਂ ਪਹਿਲੇ ਬਣਾਈਆਂ ਸੀ, ਵੀ ਤਾਂ ਕਿ ਬੁਨਿਆਦਾਂ ਦੇ ਉੱਤੇ, ਕੋਸ਼ਿਸ਼ ਤਾਂ ਮੇਰੀ ਇਹ ਹੈ ਕਿ ਮੈਂ ਆਪ ਹੀ ਜਿਹੜਾ ਨਾ ਉੱਤੇ ਦੀਵਾਰਾਂ ਕਰ ਲਵਾਂ, ਕਿਉਂਕਿ ਚਾਰ ਦੀਆਂ ਦੀਵਾਰਾਂ ਨੇ ਉਹਦਾ ਉਹ ਜਿਹੜਾ ਜੋੜ ਲਾਣਾ ਹੁੰਦਾ ਨਾ ਨੁੱਕਰ ਤੋਂ, ਦਾੜੇ ਬਣਾਉਣੇ ਹੁੰਦੇ ਨੇ ਜਾਂ ਜੋੜ ਪੱਕੇ ਕਰਨੇ ਹੁੰਦੇ ਨੇ, ਉਹ ਚਾਰ ਦਾ ਔਖਾ ਕੋਈ ਨਹੀਂ ਹੁੰਦਾ, ਇਹ ਕਿੰਝ ਲੱਗਣੀ ਹੈ ਕਿੰਝ ਲੱਗਣੀ ਉਹ ਸੌਖਾ ਹੁੰਦਾ। ਤੇ ਅਗਰ ਵੇਖਿਆ ਹੋ ਗਿਆ ਤੇ ਠੀਕ ਹੈ, ਨਾ ਹੋਇਆ ਤੇ ਉਹ ਵੀ ਮਿਸਤਰੀ ਨੂੰ ਸੱਦ ਲਈ ਸਾ, ਅੱਜ ਮਿਸਤਰੀ ਨਾ ਆਇਆ ਤੇ ਕੱਲ੍ਹ ਜੁਮਾ ਹੈ, ਕੱਲ੍ਹ ਜਿੱਥੇ ਲੱਗੇ ਉਹਨਾਂ ਨੂੰ ਛੁੱਟੀ ਹੁੰਦੀ ਹੈ, ਉਹ ਕੋਈ ਨਾ ਕੋਈ ਮਿਸਤਰੀ ਆਪਾਂ ਨੂੰ ਚੱਲ ਹੀ ਜਾਏਗਾ ਤੇ ਉਹ ਕਰਵਾ ਲਿਆ ਸਾ, ਲੇਕਿਨ ਅੱਜ ਬੂਹੇ ਜਿਹੜੇ ਨਾ ਉਹ ਲਾਜ਼ਮੀ ਫਿੱਟ ਕਰਵਾ ਦੀ ਵੀ, ਤਾਂ ਕਿ ਜਿਹੜੇ ਨਾ ਉਹ ਫਿੱਟ ਹੋ ਜਾਣ। ਬਾਰੀਆਂ ਮੈਂ ਫਿਲਹਾਲ ਜਿਹੜੇ ਨਾ ਕਿਲਾ ਛਿਲੇ ਨਾਲ ਪੱਕੀਆਂ ਪੱਕੀਆਂ ਬੰਦ ਕਰਵਾ ਦਿੱਤੀਆਂ ਨੇ, ਸਹੀ ਮਤਲਬ ਖੁੱਲਣਗੀਆਂ ਸਹੀ ਕੱਲ, ਲੇਕਿਨ ਇੱਕ ਵਾਰੀ ਉਹ ਬੰਦ ਰਹਿਣਗੀਆਂ, ਕਿਉਂਕਿ ਸਰਦੀਆਂ ਵਿੱਚ ਤਾਂ ਬੰਦ ਹੀ ਰਹਿਣੀਆਂ, ਬੰਦ ਹੀ ਰਹਿਣੀਆਂ ਨੇ, ਠੀਕ ਹੈ ਨਾ, ਦਿਨ ਰਾਤ ਬੰਦ ਹੀ ਰਹਿਣਗੀਆਂ, ਦਰਵਾਜ਼ਾ ਖੁੱਲਦਾ ਰਹੇਗਾ। ਤੇ ਜਦੋਂ ਉਹਨਾਂ ਨੂੰ ਖੋਲਣਾ ਹੋਏਗਾ, ਕੁੰਡੀਆਂ ਅੰਦਰੋਂ ਲੱਗ ਗਈਆਂ ਹੋਈਆਂ ਨੇ, ਸਿਰਫ ਕਿੱਲ ਪੁੱਟਣੇ ਨੇ ਤੇ ਉਹ ਪੱਲੇ ਸ਼ੁਰੂ ਹੋ ਜਾਣੇ ਨੇ, ਕਬਜ਼ੇ ਵੀ ਲੱਗ ਗਏ ਤੇ ਕੁੰਡੇ ਵੀ ਲੱਗ ਗਏ, ਸਹੀ ਕਿੱਲ ਪੱਟਾਂਗੇ ਤੇ ਉਹ ਖੁੱਲਣੀਆਂ ਸ਼ੁਰੂ ਹੋ ਜਾਣ, ਸਹੀ ਓਕੇ ਹੋ ਗਿਆ। ਹਾਂ, ਕਿਉਂਕਿ ਜਿੰਨੀ ਆ ਮੌਸਮ ਖਰਾਬ ਹੋਇਆ, ਇਹਦੇ ਜੀ ਵਿੰਡੋ ਖੋਲਣ ਦੀ ਜ਼ਰੂਰਤ ਕੋਈ ਨਹੀਂ, ਲੇਕਿਨ ਸਿਰੋਂ ਬਾਹਰੋਂ ਸਾਨੂੰ ਲੁੱਕ ਚਾਹੀਦੀ ਨਾ ਵਿੰਡੋ ਦੀ, ਉਹ ਸਾਨੂੰ ਇਨਸ਼ਾਅੱਲਾ ਮਿਲਦੀ ਰਹੇਗੀ, ਔਰ ਵਿੰਡੋ ਜਿਹੜੀ ਹੈ ਨਾ ਉਹ ਇੱਕ ਵਾਰੀ ਤਕਰੀਬਨ ਅਗਲੇ 2-3 ਮਹੀਨੇ ਜਿਹੜੀ ਹੈ ਨਾ ਉਹ ਪਰਮਾਨੈਂਟ ਬੰਦ ਹੀ ਰਹੇਗੀ, ਕਿੱਲ ਲੱਗੇ ਹੋਏ ਨੇ ਉਹ ਬੰਦ ਰਹੇਗੀ। ਇੱਕ ਤਾਂ ਉਹਦਾ ਇਹ ਫਾਇਦਾ ਹੋਏਗਾ ਕਿ ਲੱਕੜ ਜਿਹੜੀ ਹੈ ਨਾ ਉਹ ਥੋੜ੍ਹੀ ਜਿਹੀ ਗਿੱਲੀ ਹੈ, ਜਿਹਦੀਆਂ ਅਸੀਂ ਵਿੰਡੋ ਬਣਵਾਈਆਂ ਨੇ, ਅਤੇ ਉਹ ਖੁਸ਼ਕ ਹੋਏਗੀ ਨਾ, ਕਿੱਲ ਜਿੱਥੇ ਲੱਗੇ ਹੋਏ ਨੇ ਜਿੱਥੇ ਉਹ ਖਲੋਤੀ ਰਹੇਗੀ ਉੱਥੇ ਖੁਸ਼ਕ ਹੋਏਗੀ, ਤੋਂ ਜ਼ਿਆਦਾ ਵਿੰਗੀ ਚੀਪੀ ਨਹੀਂ ਹੋਏਗੀ।
ਤੇ ਦੂਸਰਾ ਹੁੰਦਾ ਇਹ ਹੋਏਗਾ ਕਿ ਜਿੰਨੀ ਦੇਰ ਸਰਦੀ ਆ ਉਨੀ ਦੇਰ ਖੋਲਣ ਦੀ ਜ਼ਰੂਰਤ ਹੀ ਕੋਈ ਨਹੀਂ, ਦਰਵਾਜ਼ਾ ਖੁੱਲ੍ਹਦਾ ਰਹੇਗਾ, ਵਿੰਡੋ ਸਾਡੀਆਂ ਜਿਹੜੀਆਂ ਨਾ ਉਹ ਬੰਦ ਹੀ ਰਹਿਣਗੀਆਂ। ਪ੍ਰੈਸ਼ਰ ਬਣਾ ਜ਼ਬਰਦਸਤ ਹੈ ਨਾ, ਵੇਖ ਲਾ ਫਿਰ ਧੁੱਪ ਨੀ ਨਿਕਲਦੀ ਉਦੋਂ ਤਾਂ ਪਾਣੀ ਦੀ ਬਹੁਤ ਜ਼ਿਆਦਾ ਮਸਲਾ ਬਣ ਗਿਆ, ਤੇ ਇਤਨੀ ਪਰੇਸ਼ਾਨੀ ਹੁਣ ਸਿਰਫ ਪਰੇਸ਼ਾਨੀ ਉਦੋਂ ਹੋਣੀ ਹੈ ਜਦੋਂ ਬੱਤੀ ਨੀ ਹੋਣੀ, ਬਸ ਬੱਤੀ ਨਾ ਹੋਵੇ ਧੁੱਪ ਨਾ ਹੋਵੇ, ਅਗਰ ਧੁੱਪ ਹੋਏਗੀ ਬੱਤੀ ਨਾ ਹੋਵੇ ਫਿਰ ਵੀ ਸਾਨੂੰ ਕੋਈ ਨਹੀਂ ਪ੍ਰੋਬਲਮ, ਔਰ ਅਗਰ ਦੋਵੇਂ ਚੀਜ਼ਾਂ ਨਾ ਹੋਣ ਪ੍ਰੋਬਲਮ ਫਿਰ ਹੀ ਆ। ਬਾਕੀ ਜੀ ਅਲਹਮਦੁਲਿਲਾ ਇਹ ਵਾਲੇ ਕੰਮਾਂ ਤੋਂ ਜਿਵੇਂ ਵਿਹਲੇ ਹੁੰਦੇ ਨਾ, ਵਾਸ਼ਰੂਮ ਵੱਲੋਂ, ਬੂਹੇ ਬਾਰੀਆਂ ਵੱਲੋਂ, ਲਿਪਾਈ ਵੱਲੋਂ ਵਿਹਲੇ ਹੋਵਾਂਗੇ ਨਾ, ਅਤੇ ਫਿਰ ਅਸੀਂ ਇਹ ਬਾਹਰ ਵਾਲਾ ਸੈਟਅਪ ਜਿਹੜਾ ਨਾ ਇਹ ਸਾਰਾ ਇੱਕੋ ਜਿਹਾ ਕਰਨਾ, ਇਹ ਪੌਦੇ ਵੀ ਸਾਰੇ ਜਿਹੜੇ ਨਾ ਸਾਫ਼ ਕਰਾਂਗੇ ਨਾ ਇੱਥੋਂ, ਅਤੇ ਇਹ ਵੱਖਰਾ ਵੱਖਰਾ ਪੌਦਾ ਨਜ਼ਰ ਆਏਗਾ, ਖੂਬਸੂਰਤ ਲੱਗੇਗਾ। ਇਹ ਗਾਛ ਆ ਜਿਹੜਾ ਨਾ ਥੱਲੇ ਖਤਮ ਕਰ ਦਿਆਂਗੇ, ਜਿਹੜਾ ਸੜਕ ਦੇ ਉੱਤੇ ਚੜਿਆ ਹੋਇਆ ਜਿਹੜਾ ਕਿਆਰੀਆਂ ਦੇ ਨਾਲ ਨਾਲ ਹੈਗਾ, ਥੋੜ੍ਹਾ ਥੋੜ੍ਹਾ ਰਹੇਗਾ ਤਾਂ ਕਿ ਇਹ ਵੀ ਸੋਹਣਾ ਲੱਗਦਾ, ਅਤੇ ਅੰਦਰ ਦਾ ਵੀ ਸਾਰੀ ਸਫਾਈ ਸਫੂਈ ਹੋ ਜਾਏਗੀ, ਅੰਦਰ ਵਾਲਾ ਲਾਉਣ ਵੀ ਬਣ ਜਾਏਗਾ, ਫਿਰ ਉੱਧਰ ਸਬਜ਼ੀ ਦੀ ਸਫਾਈ ਵੀ ਕਰਨੀ ਆ, ਸਬਜ਼ੀ ਦੀ ਜਿਹੜੀ ਹੈ ਨਾ ਗੋਡੀ ਹੋਣ ਵਾਲੀ ਆ, ਉਹਦੇ ਵਿੱਚ ਜਿਹੜਾ ਨਾ ਗਾਛ ਆ ਕਾਫੀ ਉੱਗਿਆ ਖਲਾ, ਅਤੇ ਸਬਜ਼ੀ ਥੋੜ੍ਹੀ ਥੋੜ੍ਹੀ ਨਿਕਲ ਤਾਂ ਆਈ ਹੈ ਮਾਸ਼ਾਅੱਲਾ, ਲੇਕਿਨ ਮੈਂ ਜ਼ਮੀਨ ਨਾ ਸਹੀ ਤਰ੍ਹਾਂ ਤਿਆਰ ਹੀ ਨਹੀਂ ਸੀ ਕੀਤੀ, ਅਤੇ ਇਸ ਵਜ੍ਹਾ ਤੋਂ ਸਬਜ਼ੀ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਨਹੀਂ ਨਿਕਲੀ ਸਹੀ ਤਰੀਕੇ ਨਾਲ, ਲੇਕਿਨ ਚਲੋ ਬਹਰਹਾਲ ਸਾਡਾ ਗੁਜ਼ਾਰਾ ਹੋ ਜਾਏਗਾ। ਇਹ ਜਿਵੇਂ ਹੀ ਅਸੀਂ ਪੁੱਟਾਂਗੇ ਨਾ ਸਬਜ਼ੀ, ਹੋਰ ਮਹੀਨੇ ਅੱਧੇ ਨੂੰ ਜਿਹੜੀ ਹੈ ਨਾ ਇਹ ਪੁੱਟੀ ਜਾਣੀ ਹੈ, ਜਿਵੇਂ ਹੀ ਪੁੱਟਾਂਗੇ ਨਾ ਫਿਰ ਅਸੀਂ ਜਿਹੜੀ ਹੈ ਨਾ ਇੱਥੇ ਕੋਸ਼ਿਸ਼ ਕਰਾਂਗੇ ਕਿ ਥੋੜ੍ਹੀ ਥੋੜ੍ਹੀ ਕਰਕੇ ਨਾ ਮਿੱਟੀ ਸਟਵਾ ਕੇ, ਅਤੇ ਅਸੀਂ ਇਹ ਕੋਈ ਮਹੀਨੇ ਡੇਢ ਦੋ ਮਹੀਨਿਆਂ ਦੇ ਵਿੱਚ ਨਾ ਇਹ ਜਗ੍ਹਾ ਵੀ ਇਹਦੇ ਬਰਾਬਰ ਲੈ ਆਈਏ, ਔਰ ਉਸ ਤੋਂ ਬਾਅਦ ਫਿਰ ਇੱਥੇ ਜਿਹੜਾ ਨਾ ਪਿੱਛੇ ਕਮਰਾ ਜਿਹੜਾ ਨਾ ਨਾਲ ਬਣਾਵਾਂਗੇ। ਇੱਥੋਂ ਵੇਖੋ ਨਾ ਮੈਂ ਬਿਲਕੁਲ ਸੜਕ 'ਤੇ ਖਲੋਤਾ, ਨਾਲ ਹੀ ਘਰ ਨਜ਼ਰ ਨਹੀਂ ਆ ਰਿਹਾ ਸਹੀ, ਜਿਵੇਂ ਦਾ ਉਹ ਕਮਰਾ ਬਣਾਇਆ ਇਵੇਂ ਦਾ ਇਨਸ਼ਾਅੱਲਾ ਇੱਧਰ ਕਮਰਾ ਖੜਾ ਕਰ ਦਿਆਂਗੇ, ਔਰ ਅੱਗਲੂ ਸਾਰਾ ਸੇਨ ਬਣਾ ਲਾਂਗੇ, ਇੱਧਰੂ ਜਿਹੜੀ ਇਹਨਾਂ ਦੀਵਾਰ ਕਰ ਦਿਆਂਗੇ। ਕੱਚੀ ਹੋ ਗਈ ਦੀਵਾਰ ਤਾਂ ਤਾਂ ਵੀ ਠੀਕ ਹੈ, ਅਗਰ ਨਾ ਕੱਚੀ ਹੋਈ ਤਾਂ ਫਿਰ ਪੱਕੀ ਕਰ ਲਾਂਗੇ, ਮਤਲਬ ਜਿਸ ਤਰ੍ਹਾਂ ਵੀ ਬਜਟ 'ਚ ਆਇਆ ਉਸੇ ਤਰ੍ਹਾਂ ਇਨਸ਼ਾਅੱਲਾ ਜਿਹੜਾ ਨਾ ਉਹ ਕਰਾਂਗੇ। ਮੈਂ ਇਹ ਨਹੀਂ ਕਦੀ ਸੋਚਿਆ ਕਿ ਯਾਰ ਮੇਰੇ ਕੋਲ ਇੰਨਾ ਪੈਸਾ ਹੋਵੇ ਤਾਂ ਮੈਂ ਇੰਨਾ ਕਰਾਂ, ਨਹੀਂ ਮੈਂ ਨਾ ਥੋੜ੍ਹਾ ਪੈਸਾ ਹੋਵੇ ਥੋੜ੍ਹਾ ਕੰਮ ਕਰ ਲਓ, ਅਤੇ ਜੇਕਰ ਤੁਹਾਡੇ ਕੋਲ ਪੈਸਾ ਜ਼ਿਆਦਾ ਹੈ ਤਾਂ ਫਿਰ ਅੱਛੇ ਤਰੀਕੇ ਨਾਲ ਮਤਲਬ ਜਿਵੇਂ ਕਿ ਪੁਖਤਾ ਬੁਨਿਆਦ ਬਣਾ ਕੇ ਉਹ ਲੈ ਕੇ ਆਉਣੀ ਹੈ, ਤੁਸੀਂ ਉਸ ਤਰ੍ਹਾਂ ਕਰ ਸਕਦੇ ਹੋ। ਸਾਡੇ ਜਿਹੜੇ ਰੈਗੂਲਰ ਵੀਵਰ ਹੈ ਨਾ ਜੀ, ਸਾਡੇ ਰੈਗੂਲਰ ਫੈਮਿਲੀ ਸਾਡੇ ਨਾਲ ਅਟੈਚ ਹੈ, ਉਹਨਾਂ ਨੂੰ ਤਾਂ ਪਤਾ ਹੋਏਗਾ ਕਿ ਇਹ ਵਾਲਾ ਜਿਹੜਾ ਪੌਦਾ ਹੈ ਨਾ ਮੇਰਾ ਉਹ ਉਸ ਜਗ੍ਹਾ 'ਤੇ ਲੱਗਾ ਹੋਇਆ ਸੀ, ਉਹਦੇ ਬਰਾਬਰ 'ਤੇ ਨਾ ਇੱਥੇ ਲੱਗਾ ਹੋਇਆ ਸੀ, ਲੇਕਿਨ ਇਹ ਸਾਰਾ ਨਾ ਅੱਗੂ ਘਰ ਦਾ ਵਿਊ ਰੋਕਦਾ ਸੀ, ਅਤੇ ਇਸ ਵਜ੍ਹਾ ਤੋਂ ਉੱਥੋਂ ਮੈਨੂੰ ਉਖਾੜ ਕੇ ਨਾ ਅਤੇ ਇੱਥੇ ਲਿਆ ਕੇ ਲਾਇਆ ਸੀ, ਲੇਕਿਨ ਅਲਹਮਦੁਲਿਲਾ ਮਾਸ਼ਾਅੱਲਾ ਜ਼ਬਰਦਸਤ ਜਿਹੜਾ ਨਾ ਜੀ ਇਹ ਚੱਲ ਗਿਆ ਹੋਇਆ। ਇੱਕ ਵਾਰੀ ਤਾਂ ਪੱਤੇ ਸਾਰੇ ਖੁਸ਼ਕ ਹੋ ਗਏ ਸੀ, ਇਹ ਵਿੱਚ ਜਿਹੜੇ ਕਾਲੇ ਕਾਲੇ ਪੱਤੇ ਨੂੰ ਪੱਤੇ ਨਜ਼ਰ ਆਉਂਦੇ ਪਏ, ਲੇਕਿਨ ਉਸ ਤੋਂ ਬਾਅਦ ਸਾਰਾ ਦੁਬਾਰਾ ਜਿਹੜਾ ਨਾ ਜੀ ਫੁੱਟ ਪਿਆ ਵਾ। ਹੋਰ ਮਹੀਨੇ ਨੂੰ ਇਹ ਪਤਾ ਵੀ ਨਹੀਂ ਲੱਗਣਾ ਕਿ ਇਹ ਵਿੱਚ ਜਿਹੜਾ ਨਾ ਇਹ ਸੁੱਕਿਆ ਵੀ ਆਇਆ ਸੀ, ਇਹ ਸਾਰਾ ਇਸੇ ਤਰ੍ਹਾਂ ਲੱਗਣਾ ਕਿ ਜਿਵੇਂ ਨਾ ਇਹ ਉੱਗਿਆ ਹੀ ਇੱਥੇ ਔਰ ਇੱਥੇ ਹੀ ਜਿਹੜਾ ਨਾ ਇਹ ਸਾਰਾ ਜ਼ਬਰਦਸਤ ਹੋ ਗਿਆ। ਪੱਤੇ ਹਾਲੇ ਛੋਟੇ ਨੇ, ਜਿਵੇਂ ਥੋੜ੍ਹੇ ਥੋੜ੍ਹੇ ਵੱਡੇ ਪੱਤੇ ਹੋਣਗੇ ਅਤੇ ਇਹ ਕਾਲੇ ਨਜ਼ਰ ਆਉਣਾ ਬੰਦ ਹੋ ਜਾਣਗੇ। ਚੱਲੀਏ ਹੁਣ ਨਾਸ਼ਤਾ ਨੁਸ਼ਤਾ ਸਰਕਾਰ ਦੇ ਦਿਓ, ਚੱਲ ਕੇ ਨਾਸ਼ਤਾ ਕਰੀਏ, ਭੁੱਖ ਲੱਗੀ ਖਲੀ, ਹਾਲੇ ਤਿਆਰੀ ਕਰਨੀ। ਸਾਡੀ ਜਿਹੜਾ ਨਾ ਜੀ ਇੱਧਰ ਵਾਲਾ ਮੋਟਰ ਪੰਪ ਚਲਾਇਆ ਵਾ ਪਾਣੀ ਵਾਲਾ, ਅਤੇ ਸਾਡਾ ਘਰ ਵਾਲਾ ਪੰਪ ਜਿਹੜਾ ਨਾ ਉਹ ਬੰਦ ਹੋ ਗਿਆ, ਉੱਤੋਂ ਤਾਰ ਜਿਹੜੀ ਨਾ ਸਪਾਰਕ ਕਰ ਗਈ ਹੈ। ਹੁਣ ਤੁਸੀਂ ਇਹ ਚੈੱਕ ਕਰੋ ਕਿ ਇਸ ਮੌਸਮ ਦੇ ਵਿੱਚ ਸੁਬਹਾ ਸੁਬਹਾ ਦੇ ਟਾਈਮ ਉਹਦੇ ਉੱਤੇ ਤਰੇਲ ਵੀ ਪੈ ਗਈ ਹੋਈ ਹੈ, ਸ਼ਬਨਮ ਵੀ ਤਾਰ ਦੇ ਉੱਤੇ ਬਿਲਕੁਲ ਪਾਣੀ ਤਰ੍ਹਾਂ ਤਾਰ ਜਿਹੜੀ ਹੈ ਨਾ ਉਹ ਭਿੱਜੀ ਹੋਈ ਆ, ਅਤੇ ਮੇਰੇ ਕੋਲ ਤਾਂ ਬਾਈ ਜੀ ਇਤਨੀ ਜ਼ਰੂਰਤ ਨਹੀਂ ਹੈ ਕਿ ਮੈਂ ਪਾਣੀ 'ਚ ਜਾ ਕੇ ਨਾ ਬਿਜਲੀ ਨੂੰ ਹੱਥ ਲਾਵਾਂ, ਉਹ ਤਾਂ ਫਿਰ ਇੱਕੋ ਹੀ ਹੱਲ ਹੈ ਕਿ ਪਿੱਛੋਂ ਮੀਟਰ 'ਚੋਂ ਤਾਰ ਕੱਢਾਂਗਾ, ਫਿਰ ਜਾ ਕੇ ਜਿਹੜਾ ਨਾ ਜੀ ਉਹ ਤਾਰ ਨੂੰ ਟਾਂਕਾ ਸ਼ਾਂਕਾ ਲਾ ਕੇ ਉਹਨੂੰ ਯੈਸ ਕਰਕੇ ਅਤੇ ਫਿਰ ਆ ਕੇ ਪਿੱਛੋਂ ਮੀਟਰ 'ਚ ਤਾਰਾਂ ਲਾਵਾਂਗਾ। ਇਸ ਤਰ੍ਹਾਂ ਹੋ ਸਕਦਾ, ਵਰਨਾ ਮੇਰੀ ਜ਼ਰੂਰਤ ਨਹੀਂ ਹੈ ਕਿ ਮੈਂ ਜਾ ਕੇ ਤਾਰ ਨੂੰ ਹੱਥ ਲਾ ਲਵਾਂ, ਅਤੇ ਚੱਲ ਕੇ ਵੇਖਦੇ ਹਾਂ ਜੀ ਸੂਰਤ ਹਾਲ, ਬਾਕੀ ਬਿਜਲੀ ਜਲਦੀ ਵੀ ਚਲੋ ਚਾਨਣ ਚੂਨਣ ਹੈ ਨਾ, ਅਤੇ ਮੈਂ ਹਾਲੇ ਮੂੰਹ ਵੀ ਕੋਈ ਨਹੀਂ ਦਿੱਤਾ, ਆਪਣੇ ਪਾਣੀ ਕੋਈ ਨਹੀਂ ਹੈਗਾ।
ਮੈਂ ਜੇ ਮੂੰਹ ਧੋ ਲਵਾਂ ਮੈਂ ਤੂੰ ਘਰੋਂ ਨਿਕਲਿਆ ਵੀ ਇਸੇ ਵਜ੍ਹਾ ਤੁਸੀਂ ਬੜੀ ਫਿਰ ਮੈਂ ਬੈਠੀ ਕੰਮ ਕੰਮ ਕਰਦੀ ਰਹੀ ਨਾ ਕਿਉਂਕਿ ਬੁਖਰ ਦਿੱਤੀ ਫਿਰ ਹੱਥ ਮੂੰਹ ਧੋਣ ਵਾਲਾ ਮੈਂ ਜਿਹੜਾ ਹੈ ਨਾ ਜੀ ਮੂੰਹ ਧੋਣ ਵਾਸਤੇ ਜ਼ਿਆਦਾਤਰ ਬਾਹਰ ਨਿਕਲਿਆ ਸੀ ਤੋੜ ਮੈਂ ਇੱਥੇ ਤੀਕਰ ਆਇਆ ਸੀ ਵਰਨਾ ਮੈਂ ਵਾਹ ਕੇ ਇੱਥੋਂ ਪਿੱਛੇ ਹਟ ਜਾਂਦਾ ਮੈਂ ਮੂੰਹ ਧੋਤਾ ਹੀ ਕੋਈ ਨਹੀਂ ਉਵੇਂ ਜਿਹੜਾ ਨਾ ਵਾਪਸ ਜਾਂਦਾ ਪਿਆ ਮੈਂ ਕਿਹਾ ਚਲੋ ਘਰ ਧੋ ਲਵਾਂਗੇ ਹੁਣ ਪੰਪ ਚੱਲਦਾ ਪਿਆ ਗਰਮ ਪਾਣੀ ਹੈ ਵੈਸੇ ਇੱਥੇ ਮੂੰਹ ਧੋ ਲੈਣਾ ਧੋ ਕੇ ਫਿਰ ਚੱਲ ਬੱਚੇ ਜਿਹੜੇ ਨਾ ਜੀ ਉਹ ਆਪਣਾ ਹੋਮਵਰਕ ਵਗੈਰਾ ਕਰਦੇ ਪਏ ਨੇ ਛੁੱਟੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਕੰਮ 'ਚ ਮਿਲਿਆ ਨਾ ਅਤੇ ਉਹ ਫਿਰ ਆਪਣਾ ਡੇਲੀ ਵਰਕ ਜਿਹੜਾ ਨਾ ਉਹ ਕਰਦੇ ਨੇ ਅਤੇ ਛੋਟੇ ਬੱਚੇ ਜਿਹੜੇ ਨੇ ਮਾਸ਼ਾਅੱਲਾ ਦੋਵੇਂ ਸੁੱਤੇ ਪਏ ਨੇ ਬਿਜਲੀ ਪਹਿਲੇ ਤਾਂ ਚਲੀ ਗਈ ਸੀ ਦੁਬਾਰਾ ਫਿਰ ਆ ਗਈ ਹੈ ਜੀ ਇੱਕ ਵਾਰੀ ਜਿਹੜਾ ਨਾ ਇਹਨਾਂ ਨੂੰ ਫਿਰ ਬੰਦ ਕਰਨੇ ਹੁਣ ਆਪ ਜਾ ਕੇ ਬਾਹਰੋਂ ਬਿਜਲੀ ਬੰਦ ਕਰਨੇ ਆ ਜੀ ਉਸ ਤੋਂ ਬਾਅਦ ਜਿਹੜਾ ਨਾ ਫਿਰ ਮੋਟਰ ਦੇ ਉੱਤੇ ਜਿਹੜਾ ਟਾਂਕਾ ਲੱਗਿਆ ਨਾ ਕਿਉਂਕਿ ਸਾਡੀ ਜਿਹੜੀ ਮੀਟਰ 'ਚ ਤਾਰ ਆਉਂਦੀ ਪਈ ਹੈ ਨਾ ਉੱਥੋਂ ਦਰਮਿਆਨ 'ਚ ਟਾਂਕਾ ਲੱਗ ਕੇ ਮੋਟਰ ਲਈ ਜਿਹੜਾ ਨਾ ਉਹ ਕਨੈਕਸ਼ਨ ਜਾ ਰਿਹਾ ਔਰ ਉਸ ਤੋਂ ਬਾਅਦ ਫਿਰ ਥੱਲੇ ਮਤਲਬ ਘਰ ਲਿਆਉਂਦਾ ਹੁਣ ਘਰ ਦੀ ਬੱਤੀ ਚੱਲਦੀ ਪਈ ਹੈ ਲੇਕਿਨ ਸਾਡਾ ਵਾਟਰ ਪੰਪ ਜਿਹੜਾ ਨਾ ਉਹ ਬੰਦ ਪਿਆ ਕਿਉਂਕਿ ਉੱਥੋਂ ਟਾਂਕਾ ਖਰਾਬ ਹੋਇਆ ਅਗਲਾ ਅਤੇ ਜਿੰਨੀ ਦੇਰ ਬਾਹਰੋਂ ਜਾ ਕੇ ਮੀਟਰ 'ਚ ਤਾਰ ਨਹੀਂ ਕੱਢਦੇ ਨਾ ਉੱਨੀ ਦੇਰ ਉਹਦੇ ਨਾਲ ਪੰਗਾ ਜਿਹੜਾ ਨਾ ਉਹ ਨਹੀਂ ਲਿਆ ਜਾ ਸਕਦਾ ਸਭ ਤੋਂ ਪਹਿਲੇ ਮੀਟਰ ਦੀ ਤਾਰ ਕੱਢਣੇ ਆ ਫਿਰ ਇਧਰੋਂ ਆ ਕੇ ਜਿਹੜਾ ਨਾ ਜੀ ਸਾਰਾ ਬੈਰਿੰਗ ਸ਼ੈਰਿੰਗ ਸਿੱਧੀ ਕਰਾਂਗੇ ਅਤੇ ਉਸ ਤੋਂ ਬਾਅਦ ਫਿਰ ਮੋਟਰ ਚਲਾਵਾਂਗੇ ਕਿਉਂਕਿ ਪਾਣੀ ਸਾਡੇ ਕੋਲ ਜਿਹੜਾ ਨਾ ਜੀ ਹੈ ਹੀ ਕੋਈ ਨਹੀਂ ਰਾਤੀ ਇਹਨਾਂ ਨੇ ਚਲਾਈ ਕੋਈ ਨਹੀਂ ਮੋਟਰ ਲੇਕਿਨ ਹੁਣ ਵੇਖੋ ਨਾ ਟੂਟੀ 'ਚ ਪਾਣੀ ਹੈ ਹੀ ਕੋਈ ਨਹੀਂ ਸਭ ਤੋਂ ਪਹਿਲਾਂ ਜਿਹੜਾ ਨਾ ਜੀ ਮੀਟਰ ਦੀ ਤਾਰ ਕੱਢ ਕੇ ਕਨੈਕਸ਼ਨ ਕਰਨੇ ਆ ਔਰ ਬਾਕੀ ਸਾਰੇ ਕੰਮ ਬਾਅਦ 'ਚ ਕਰਾਂਗੇ ਬਿਜਲੀ ਜਿਹੜੀ ਹੈ ਨਾ ਜੀ ਸਾਡੀ ਬੰਦ ਹੋ ਗਈ ਹੋਈ ਹੈ ਫਿਲਹਾਲ ਮੇਰੇ ਕੋਲ ਪੇਸ਼ਕਸ਼ ਜਿਹੜਾ ਨਾ ਉਹ ਵੀ ਬਿਲਕੁਲ ਛੋਟਾ ਜਿਹਾ ਬੜਾ ਰਿਸਕੀ ਜਿਹਾ ਕੰਮ ਹੈ ਲੇਕਿਨ ਅਲਹਮਦੁਲਿਲਾ ਮੈਂ ਇਸ ਕੰਮ ਨੂੰ ਅੱਛੀ ਤਰੀਕੇ ਨਾਲ ਸਮਝਣਾ ਵਾਂ ਇਸ ਵਜ੍ਹਾ ਤੋਂ ਫੁੱਲ ਇਹਤਿਆਤ ਨਾਲ ਹੀ ਜਿਹੜਾ ਨਾ ਸਾਰਾ ਕੰਮ ਕਰੀਦਾ ਅਤੇ ਕਾਫੀ ਅਰਸਾ ਹੋ ਗਿਆ ਬਿਜਲੀ ਨਾਲ ਛੇੜਖਾਨੀ ਕਰਦੇ ਹੋਏ ਲੇਕਿਨ ਅਲਹਮਦੁਲਿਲਾ ਅੱਜ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੋਈ ਅਤੇ ਅੱਗਾਂ ਵੀ ਅੱਲਾਹ ਤਾਲਾ ਨਾ ਕਰਾਵੇ ਚੈੱਕ ਕਰੋ ਨਾ ਜੀ ਹਰ ਚੀਜ਼ ਜਿਹੜੀ ਹੈ ਨਾ ਉਹ ਪਾਣੀ ਪਾਣੀ ਹੋਈ ਹੋਈ ਹੈ ਇਸ ਵਜ੍ਹਾ ਤੋਂ ਬਗੈਰ ਮੀਟਰ 'ਚ ਤਾਰ ਕੱਢੇ ਬਿਲਕੁਲ ਵੀ ਪੰਗਾ ਜਿਹੜਾ ਨਾ ਉਹ ਨਹੀਂ ਲਿਆ ਜਾ ਸਕਦਾ ਸੀ ਔਰ ਇਹ ਵਾਲਾ ਸਾਡਾ ਟਾਂਕਾ ਜਿਹੜਾ ਨਾ ਇਹ ਖਰਾਬ ਹੋਇਆ ਖਲਾ ਇਹਨੂੰ ਜਿਹੜਾ ਨਾ ਜੀ ਸਹੀ ਕਰਨੇ ਆ ਸਭ ਤੋਂ ਪਹਿਲਾਂ ਕਿਉਂਕਿ ਹੁਣ ਸਾਨੂੰ ਜਿਹੜੀ ਨਾ ਦਿੱਕਤ ਕੋਈ ਨਹੀਂ ਹੈ ਅਸੀਂ ਭਾਵੇਂ ਹੱਥ ਨਾਲ ਵੀ ਸਹੀ ਕਰ ਲਈਏ ਅਲਹਮਦੁਲਿਲਾ ਜੀ ਟਾਂਕਾ ਸਾਡਾ ਲੱਗ ਗਿਆ ਹੁਣ ਮੀਟਰ ਦੀ ਤਾਰ ਜਿਹੜੀ ਹੈ ਨਾ ਉਹ ਲਾ ਦਿੰਦੇ ਅੰਦਰ ਵਾਲੀ ਬਿਜਲੀ ਤੇ ਸਾਡੀ ਪਹਿਲੀ ਚੱਲਦੀ ਪਈ ਸੀ ਉੱਤੇ ਵਾਲੀ ਬਿਜਲੀ ਵੀ ਚੱਲਦੀ ਨਾ ਹੁਣ ਚੱਲ ਕੇ ਚੈੱਕ ਕਰਦੇ ਹਾਂ ਜੀ ਬੇਟਾ ਵੀਡੀਓ ਬਣਵਾਉਣ ਦੇ ਚੱਕਰਾਂ ਚ ਨਾ ਵੀਡੀਓ ਦੇਖੀ ਰੱਖਦਾ ਹੈ ਮੇਰੇ ਨਾਲ ਤੇ ਗੱਲ ਕਰ ਲਾ ਮੇਰੇ ਛੋਟੇ ਬਾਤੇ ਗੱਲ ਲੋ ਅਲਹਮਦੁਲਿਲਾ ਜੀ ਖਾਣਾ ਸਾਡਾ ਤਿਆਰ ਹੋ ਗਿਆ ਔਰ ਨਾਸ਼ਤਾ ਕਰਨ ਵਾਲੇ ਵੀ ਸਾਰੇ ਜਿਹੜੇ ਨਾ ਜੀ ਅਸੀਂ ਉੱਠ ਗਏ ਹਾਂ ਵੀ ਇੱਧਰ ਸਿੱਧੇ ਹੋ ਕੇ ਬੈਠੋ ਐਸੇ
ਅਭੀ ਆਪ ਉੱਠੇ ਹੋ? ਅੱਛਾ ਆਪ ਸੋ ਕੇ ਉੱਠੇ ਹੋ? ਹਾਂ ਸਭੀ ਸੋ ਕੇ ਉੱਠਦੇ ਬੇਟਾ। ਅੱਛਾ 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 ਬਿਸਮਿਲ੍ਲਾ ਪੜ੍ਹੋ ਬਿਸਮਿਲ੍ਲਾ ਮਾਸ਼ਾਅੱਲਾ। ਅਲਹਮਦੁਲਿਲਾ ਜੀ ਨਾਸ਼ਤਾ ਨੁਸ਼ਤਾ ਕਰ ਲਿਆ ਵਾ ਔਰ ਹੁਣ ਨਿਕਲਦੇ ਪਏ ਜੀ ਬਾਹਰ। 11 ਦਾ ਟਾਈਮ ਹੋ ਗਿਆ ਔਰ ਬਾਹਰ ਚੈੱਕ ਕਰੋ ਕਿ ਇੰਝ ਲੱਗਦਾ ਕਿ ਜਿਵੇਂ ਹਾਲੇ ਨਾ ਸੁਬਹਾ ਹੋਈ ਕੋਈ ਨਹੀਂ। ਅੱਜ ਤਾਂ ਬਿਲਕੁਲ ਹੀ ਅਖੀਰ ਹੋਈ ਪਈ ਆ। ਅੱਲਾ ਤਾਲਾ ਮਿਹਰਬਾਨੀ ਫਰਮਾਵੇ ਜੀ। ਬਾਹਰ ਚੱਲਦੇ ਹਾਂ, ਚੱਲ ਕੇ ਨਾ ਥੋੜ੍ਹਾ ਬਹੁਤ ਕੰਮ ਜਿਹੜਾ ਨਾ ਉਹ ਕਰਨੇ ਆ, ਕੁਝ ਪੋਚੇ ਵਾਲਾ ਕੰਮ ਜਿਹੜਾ ਨਾ ਉਹ ਰਹਿੰਦਾ ਵਾ ਉਹ ਕਰ ਲੈਂਦੇ ਹਾਂ, ਆਪੇ ਜਦੋਂ ਧੁੱਪਾਂ ਨਿਕਲਣਗੀਆਂ ਨਾ ਅਰਸ਼ਾ ਸੁੱਕ ਜਾਏਗੀ। ਫਿਲਹਾਲ ਹੁਣ ਕੰਮ ਨਹੀਂ ਰੋਕ ਸਕਦੇ ਕਿਉਂਕਿ ਪਹਿਲੇ ਜਿਹੜੀ ਹੈ ਨਾ ਉਹ ਕਾਫੀ ਜ਼ਿਆਦਾ ਦੇਰ ਹੋ ਚੁੱਕੀ ਹੋਈ ਹੈ ਅਤੇ ਜਲਦੀ ਜਲਦੀ ਜਿਹੜੇ ਇੰਨਾ ਕੰਮ ਸਮੇਟਦੇ ਅੱਜ ਚੱਲ ਕੇ ਦਰਵਾਜ਼ੇ ਜਿਹੜੇ ਨਾ ਉਹ ਵੀ ਫਿੱਟ ਕਰਨੇ ਨੇ, ਉਹ ਵੀ ਚੱਲ ਕੇ ਕਰਨੇ ਆ ਔਰ ਵਾਸ਼ਰੂਮ ਦੀ ਤਿਆਰੀ ਜਿਹੜੀ ਹੈ ਨਾ ਉਹ ਵੀ ਕਰਾਉਣੇ ਆ। ਅਲਹਮਦੁਲਿਲਾ ਜੀ ਮਡ ਹਾਊਸ 'ਤੇ ਪਹੁੰਚ ਗਏ ਹੋਏ ਹਾਂ। ਬੇਗਮ ਸਾਹਿਬਾ ਔਰ ਅਮਾਨਤ ਦੀ ਬੇਗਮ ਸਾਹਿਬਾ ਉਹ ਲੱਗ ਪਏ ਨੇ ਉੱਧਰ, ਮਿੱਟੀ ਉਹਨਾਂ ਨੇ ਲਾਉਣੀ ਹੈ, ਕੁਝ ਪੋਚਾ ਵਗੈਰਾ ਲਾਉਣਾ, ਕੁਝ ਚੁੱਲ੍ਹਿਆਂ ਦੀ ਲੰਬਾਈ ਜਿਹੜੀ ਹੈ ਉਹ ਬੇਗਮ ਨੇ ਕਰਨੀ ਹੈ, ਕੋਈ ਬੈਕ ਸਾਈਡ ਦੀ ਲੰਬਾਈ ਜਿਹੜੀ ਹੈ ਉਹ ਕਰਨੀ ਹੈ, ਉਹ ਉੱਥੇ ਵੀ ਥੋਬਾ ਲਾ ਕੇ ਇੱਕੋ ਜਿਹਾ ਕਰਿਆ ਜੇ ਅਤੇ ਇਹ ਵਾਲਾ ਸੈਟਅਪ ਕਰਨਗੇ, ਇਹ ਦਲੀਜ ਦੇ ਜਿਹੜੀ ਨਾ ਹੱਥ ਮਾਰ ਦੇਣਗੇ। ਅਸੀਂ ਜਿਹੜਾ ਨੇ ਜੀ ਲੱਗ ਪਏ ਹਾਂ ਇਹ ਵਾਲੇ ਦਰਵਾਜ਼ੇ ਜਿਹੜੇ ਇੰਨਾ ਫਿੱਟ ਕਰਨੇ ਨੇ। ਮੈਂ ਕਿਹਾ ਹੁਣ ਮਿਸਤਰੀ ਦੇ ਮਗਰ ਲੱਗੇ ਫਿਰਦੀ ਹੈ ਨਾ, ਅਤੇ ਮਿਸਤਰੀ ਅੱਜ ਕੱਲ੍ਹ ਬਾਈ ਜੀ ਬੜੇ ਨਖਰੇ ਕਰਦੇ ਨੇ, ਹਾਲਾਂਕਿ ਕਹਿੰਦੇ ਨੇ ਕਿ ਪਾਕਿਸਤਾਨ 'ਚ ਕੰਮ ਕੋਈ ਨਹੀਂ, ਕਾਰੋਬਾਰ ਕੋਈ ਨਹੀਂ, ਰਿਜ਼ਕ ਕੋਈ ਨਹੀਂ, ਰੋਟੀ ਕੋਈ ਨਹੀਂ, ਲੇਕਿਨ ਅਲਹਮਦੁਲਿਲਾ ਸਭ ਕੁਝ ਹੈ। ਲੋਕਾਂ ਕੋਲ ਟਾਈਮ ਹੀ ਕੋਈ ਨਹੀਂ ਹੈ, ਜਿਹੜੇ ਮਿਸਤਰੀ ਨੂੰ ਪੁੱਛਣਾ ਕਹਿੰਦਾ ਬਾਈ ਜੀ ਟਾਈਮ ਨਹੀਂ ਹੈ। ਹੁਣ ਮੈਂ ਆਹ ਵਾਸ਼ਰੂਮ ਵੀ ਬਣਵਾਉਣਾ, ਤੀਸਰੇ ਦਿਨ ਦਾ ਮੈਂ ਮਿਸਤਰੀ ਨੂੰ ਕਹਿ ਰਿਹਾ ਕਿ ਯਾਰ ਆ ਜਾ ਜਦੋਂ ਤਾਂ ਮੇਰਾ ਪੰਪ ਚੱਲਿਆ, ਮੈਂ ਕਿਹਾ ਆ ਜਾ ਮੈਨੂੰ ਕਰ ਦੇ। ਕੱਲ੍ਹ ਜੁਮਾ ਹੈ, ਕੱਲ੍ਹ ਵੀ ਮਿਸਤਰੀ ਜਿਹੜਾ ਨਾ ਔਖਾ ਹੈ, ਕੱਲ੍ਹ ਵੀ ਮਿਸਤਰੀ ਹਾਲੇ ਕੋਈ ਐਗਰੀ ਨਹੀਂ ਹੁੰਦਾ ਪਿਆ ਵੀ ਕੱਲ੍ਹ ਮੈਂ ਅੱਗ ਕਰਦੇ ਸਾਂ। ਜੁਮੇ ਵਾਲੇ ਦਿਨ ਬਾਅਦ ਕਦ ਜਿੱਥੇ ਲੱਗੇ ਹੋਵੇ ਨਾ ਉਹ ਤੋਂ ਛੁੱਟੀ ਹੁੰਦੀ ਅਤੇ ਇੱਕ ਅੱਧੀ ਦਿਹਾੜੀ ਫਿਰ ਉਹ ਆਸੇ ਪਾਸੇ ਲਾ ਲੈਂਦੇ ਨੇ ਅਤੇ ਮੈਂ ਕਿਹਾ ਜੇ ਮੈਨੂੰ ਲਾ ਕੇ ਦੇ ਦਿਓ, ਕਹਿੰਦੇ ਜੀ ਕੱਲ੍ਹ ਵੀ ਸਾਡੇ ਕੋਲ ਹਾਲੇ ਟਾਈਮ ਜਿਹੜਾ ਨਾ ਉਹ ਨਹੀਂ ਹੈ। ਮੈਂ ਕਿਹਾ ਚਲੋ ਇਹਨੂੰ ਆਪ ਜਿਹੜਾ ਨਾ ਕਰਨੇ ਆ ਨਾ ਅਤੇ ਤਸੱਲੀ ਨਾਲ ਜਿਹੜਾ ਨਾ ਕਰਕੇ ਸਿੱਧਾ ਪੱਧਰਾ ਕਰਕੇ ਇੱਕੋ ਜਿਹਾ ਕਰਕੇ ਅਤੇ ਉਸ ਤੋਂ ਬਾਅਦ ਸੀਮਿੰਟ ਬਣਾ ਕੇ ਨਾ ਅਤੇ ਇਹਦੀਆਂ ਚੁਕਾਠਾਂ ਜਿਹੜੀਆਂ ਨਾ ਉਹ ਮਜ਼ਬੂਤ ਕਰ ਦੇ ਸੈਂ ਅਤੇ ਜਿਵੇਂ ਆਡ ਹੋਏ ਸਾਨੂੰ ਉਸ ਤੋਂ ਬਾਅਦ ਫਿਰ ਅਸੀਂ ਲਪਾਈ ਕਰਨੀ ਆ ਮਿੱਟੀ ਨਾਲ, ਉਹ ਤੂੰ ਸਾਰਾ ਇਹਨੂੰ ਕਵਰ ਕਰ ਦੇਣਾ ਅਤੇ ਇਹ ਕਰਨੇ ਆ ਜੀ। ਪਹਿਲੇ ਅਸੀਂ ਲਾਉਂਦੇ ਹਾਂ ਜੀ ਵਿੰਡੋ ਔਰ ਉਸ ਤੋਂ ਬਾਅਦ ਫਿਰ ਫਿੱਟ ਕਰਾਂਗੇ ਦਰਵਾਜ਼ਾ, ਠੀਕ ਹੈ ਜੀ? ਜੀ ਹਾਂਜੀ, ਤੁਸੀਂ ਕਰੋ ਲਿਪਾਈ ਵਾਲਾ ਕੰਮ। ਮੈਂ ਪਹਿਲੇ ਛੁੱਟੇ ਲਿੰਬੂ ਹਾਂ, ਉਸ ਤੋਂ ਬਾਅਦ ਫਿਰ ਹੱਥ ਲੱਥ ਜਿਹੜੇ ਲਾ ਲਵਾਂਗੇ। ਹਾਂ ਜ਼ਿਆਦਾ ਮਿੱਟੀ ਹੋਈ ਤਾਂ ਫਿਰ ਪਿੱਛੇ ਲੱਭਣੀ, ਨਾ ਬਣੀ ਮਿੱਟੀ ਤਾਂ ਫਿਰ ਘਾਲ ਦਿਓ। ਚਲੋ ਹਾਂ, ਇਹ ਚੀਜ਼ ਜਿਹੜੀ ਇਹਨੇ ਥੱਲੇ ਜਾਣੀ ਹੈ ਨਾ ਇਹਦੀ, ਇੱਕ ਰਦਾ ਇਹਦੇ ਥੱਲੇ ਲੱਗਣਾ ਹੈ, ਹਥਿਆਰ ਵੀ ਸਾਡੇ ਕੋਲ ਚੰਗੇ ਨੇ ਮਿਸਤਰੀਆਂ ਨੇ। ਟੋਕਾ ਜੀ ਮੁਰਗੀਆਂ ਬਣਾਉਣ ਵਾਲਾ, ਇੱਥੇ ਮੁੜ ਕੁਛ ਹੈ ਤੇ ਉਹਨੂੰ ਉੱਤੇ ਖਲੋ ਕੇ ਦੇ ਦਿੰਦੇ ਆ ਖੱਡੇ ਕੱਢੀ। ਸੀਮੈਂਟ ਆ ਨਾ
ਪਾਣੀ ਉਹ ਕੂਲਰ ਲਿਆ ਉਹ ਬੁੱਚਾ ਹੋਵੇ ਕਿਉਂਕਿ ਸ਼ਾਇਦ ਉੱਭਰ ਜਾਂਦੀ ਨੇ ਜਗ੍ਹਾ ਛੇਣੀ ਜਿਹੜੀ ਇਹਨਾਂ 'ਚ ਸਾਨੂੰ ਮਿਲੀ ਕੋਈ ਨਹੀਂ ਅਸੀਂ ਸਰੀਏ ਦਾ ਜਿਹੜਾ ਇਹਨਾਂ ਹਿਸਾਬ ਲਾ ਲਿਆ ਸਰੀਏ ਨਾਲ ਜਿਹੜੀ ਇਹਨਾਂ 'ਚ ਜਗ੍ਹਾ ਬਣਾਉਂਦੇ ਹਾਂ ਔਰ ਫਿੱਟ ਕਰਨੇ ਆ ਬਾਰੀ ਨੂੰ ਆ ਥੋੜ੍ਹਾ ਮੈਨੂੰ ਪਤਾ ਥੋੜ੍ਹਾ ਮੈਨੂੰ ਪਤਾ ਅਲਹਮਦੁਲਿਲਾ ਜੀ ਬੇਗਮ ਸਾਹਿਬਾ ਨੇ ਚੁੱਲ੍ਹੇ ਜਿਹੜੇ ਨਾ ਲਿਪਾਈ ਕਰ ਵੀ ਦਿੱਤੇ ਨੇ ਕਿਆ ਬਾਤ ਹੈ ਜੀ ਕਿਆ ਬਾਤ ਹੈ ਸਰਦੀਆਂ ਕੀ ਤਿਆਰੀ ਹੋ ਰਹੀ ਹੈ ਹਾਂ ਸਰਦੀਆਂ ਦੇ ਜਨਾਬ ਕੁਕਿੰਗ ਵਾਸਤੇ ਸਾਡੀ ਜਿਹੜੀ ਨਾ ਤਿਆਰੀ ਹੁੰਦੀ ਪਈ ਹੈ ਫਿਲਹਾਲ ਚੁੱਲ੍ਹੇ ਅੱਗੇ ਅਸੀਂ ਲਿੰਬੇ ਸੀ ਰੇਤ ਵਾਲੀ ਮਿੱਟੀ ਨਾਲ ਹੁਣ ਉੱਤੋਂ ਲਿੰਗਦੇ ਪਏ ਤੂੜੀ ਵਾਲੀ ਮਿੱਟੀ ਨਾਲ ਔਰ ਫਿਰ ਤੀਸਰੀ ਵਾਰੀ ਇਹਦੇ 'ਤੇ ਲਿਪਾਈ ਹੋਏਗੀ ਦੂਸਰੀ ਮਿੱਟੀ ਜਿਹੜੀ ਬਰੀਕ ਹੁੰਦੀ ਹੈ ਨਾ ਲਿਧ ਵਾਲੀ ਮਿੱਟੀ ਜਿਹਨੂੰ ਅਸੀਂ ਦਿੰਦੇ ਹਾਂ ਨਾ ਉਹ ਵਾਲੀ ਮਿੱਟੀ ਜਾਂ ਫਿਰ ਵਿੱਚ ਮੁੰਝ ਪਾ ਕੇ ਜਾਂ ਫਿਰ ਸੇਬਿਆਂ ਦੀ ਬੋਰੀ ਪਾ ਕੇ ਕੋਈ ਵੀ ਚੀਜ਼ ਬਰੀਕ ਕੱਟ ਕੇ ਉਹ ਪਾਈ ਜਾ ਸਕਦੀ ਤਿੰਨੇ ਆਪਸ਼ਨ ਹੁੰਦੇ ਨੇ ਮੌਜੂਦ ਉਹਦੇ ਨਾਲ ਫਿਰ ਨਾ ਬਿਲਕੁਲ ਇੰਝ ਨਾ ਸਫਾਈ ਸਿੱਧੀ ਆ ਜਾਂਦੀ ਹੈ ਅਤੇ ਫਿਰ ਵੀ ਬੋਂ ਵਾਲੀ ਮਿੱਟੀ ਹੈ ਨਾ ਲੇਕਿਨ ਇਹ ਵੀ ਹੈ ਪੁੱਛਣਾ ਠੀਕ ਹੈ ਮਿੱਟੀ ਹੈ ਨਾ ਇਹਦੇ ਵਿੱਚ ਉਹ ਗੁੰਡੀ ਸ਼ੁੰਡੀ ਕੋਈ ਨਹੀਂ ਸਾਫ਼ ਹੈ ਮਿੱਟੀ ਹੈ ਨਾ ਬੋਂ ਵੀ ਬਰੀਕ ਹੈ ਹਾਂਜੀ ਚੰਗੀ ਤਰ੍ਹਾਂ ਲਿਪਾਈ ਹੈ ਅੰਦਰੋਂ ਵੀ ਚੁੱਲ੍ਹੇ ਦੀ ਲਿਪਾਈ ਕਰੀ ਅੰਦਰੋਂ ਮੁੜ ਨਾ ਇੱਟਾਂ ਨੰਗੀਆਂ ਹੋ ਜਾਂਦੀਆਂ ਨੇ ਔਰ ਬਾਹਰ ਅਸੀਂ ਜਿਹੜੀ ਅਲਹਮਦੁਲਿਲਾ ਇੱਕ ਵਿੰਡੋ ਜਿਹੜੀ ਹੈ ਨਾ ਉਹ ਅਸਾਂ ਫਿੱਟ ਕਰ ਲਈ ਹੋਈ ਹੈ ਬਿਲਕੁਲ ਇਹਦਾ ਨਾ ਗੁਣੀਆਂ ਛੁਣੀਆਂ ਵੀ ਕਰ ਲਿਆ ਔਰ ਇਹਦੀ ਸਾਲ ਵੀ ਕਰ ਲਈ ਮੈਂ ਮਿਸਤਰੀ ਕੋਲ ਸਾਲ ਲੈ ਕੇ ਆਇਆ ਸੀ ਕਿੱਥੇ ਭਲਾ ਔਰ ਲਿਆ ਐ ਵੇਖੋ ਨਾ ਜੀ ਸਾਲ ਮੈਂ ਲੈ ਕੇ ਆਇਆ ਸੀ ਮੈਂ ਕਿਹਾ ਮੈਂ ਸਾਲ ਨਾਲ ਜਿਹੜਾ ਨਾ ਬਾਰੀਆਂ ਫਿੱਟ ਕਰਨੀਆਂ ਨੇ ਔਰ ਸਾਲ ਨਾਲ ਬਾਰੀ ਜਿਹੜੀ ਹੈ ਨਾ ਬਿਲਕੁਲ ਜ਼ਬਰਦਸਤ ਫਿੱਟ ਹੋ ਗਈ ਹੈ ਮਾਸ਼ਾਅੱਲਾ ਬਿਲਕੁਲ ਸਿੱਧੀ ਔਰ ਬਰਾਬਰ ਅਤੇ ਹੁਣ ਜਿਹੜਾ ਨਾ ਜੀ ਉੱਧਰ ਦਾ ਖੱਡਾ ਮਾਰਦੇ ਪਏ ਉੱਧਰ ਖੱਡਾ ਮਾਰ ਕੇ ਨਾ ਅਤੇ ਐਂ ਵਾਲੀ ਵਿੰਡੋ ਉੱਧਰ ਫਿੱਟ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਦਰਵਾਜ਼ਾ ਅਸੀਂ ਫਿੱਟ ਕਰਨਾ ਮਾਸ਼ਾਅੱਲਾ ਜੀ ਚੈੱਕ ਕਰੋ ਕਿੱਡੀ ਸੋਹਣੀ ਲੱਗਦੀ ਪਈ ਹੁਣ ਦੋ ਵਿੰਡੋ ਲੱਗ ਗਈਆਂ ਨਾ ਇੱਕ ਵਿੱਚ ਦਰਵਾਜ਼ਾ ਲੱਗ ਜਾਏਗਾ ਕਿਆ ਬਾਤ ਹੈ ਜੀ ਮਾਸ਼ਾਅੱਲਾ ਕਿੰਨਾ ਖੂਬਸੂਰਤ ਘਰ ਲੱਗੇਗਾ ਇਹ ਵਿੰਡੋ ਵੀ ਫਿੱਟ ਕਰ ਦਿੱਤੀ ਮੈਂ ਸਾਲ ਨਾਲ ਕੀਤੀ ਇਹ ਵਿੰਡੋ ਵੀ ਸਾਲ ਨਾਲ ਫਿੱਟ ਕੀਤੀ ਓਕੇ ਦੀ ਗ੍ਰੇਟ ਹੈ ਜੀ ਹੁਣ ਇਹ ਵਾਲੀ ਜਿਹੜੀ ਹੈ ਨਾ ਇਹ ਕਰਨੀ ਆ ਇਹਦਾ ਖੁੱਡੇ ਮਾਰਨੇ ਆ ਔਰ ਦਰਵਾਜ਼ਾ ਜਿਹੜਾ ਨਾ ਵਿੱਚ ਫਿੱਟ ਕਰਨੇ ਆ ਵਿੱਚ ਜਿਹੜਾ ਨਾ ਜੀ ਇਹਨੂੰ ਖੜਾ ਕਰ ਦਿੰਦਾ ਕਾਬੂ ਸ਼ਾਬੂ ਕਰਕੇ ਔਰ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਮਜ਼ਬੂਤੀ ਹੈ ਨਾ ਉਹ ਫਿਰ ਸਾਡੇ ਕੋਲ ਸੀਮੈਂਟ ਪਿਆ ਹੋਇਆ ਕੜਾਈ ਡੇਢ ਸੀਮੈਂਟ ਦੀ ਬਣਾ ਕੇ
ਫਿਰ ਇਹਦੇ ਜਿਹੜੇ ਇਹਨਾਂ ਸਾਰੀਆਂ ਸਾਈਡਾਂ 'ਤੇ ਵਿਕਰੀਆਂ ਸ਼ਿਕਰੀਆਂ ਲਾ ਕੇ ਨਾ ਰੋੜੀ ਛੋੜੀ ਲਾ ਕੇ ਤੈਨੂੰ ਜਿਹੜਾ ਨਾ ਪੱਕਾ ਕਰ ਦੇਣਾ ਵੀ ਤਾਂ ਕਿ ਫਿਰ ਇਹ ਹਿੱਲੇ ਜੁਲੇ ਨਾ, ਅਤੇ ਜਿੱਥੇ ਮਿੱਟੀ ਲੱਗਣ ਵਾਲੀ ਉੱਥੇ ਮਿੱਟੀ ਲਾਵਾਂਗੇ, ਜਿੱਥੇ ਸੀਮਟ ਲੱਗਣ ਵਾਲਾ ਉੱਥੇ ਸੀਮਟ ਲਾਵਾਂਗੇ। ਘਰ ਬੈਠੇ ਰਹੋ ਫਿਰ ਕਿਉਂ ਲੈ ਕੇ ਆਈ ਅਲਹਮਦੁਲਿਲਾ ਜੀ, ਬੂਹਾ ਸਾਡਾ ਫਿੱਟ ਹੋ ਗਿਆ। ਥੱਲੂ ਇਹਨੇ ਜਿਹੜਾ ਨਾ ਬਜਰੀ ਨਾਲ ਪੱਕਾ ਕਰ ਦਿੰਦੇ ਹਾਂ ਵੀ ਤਾਂ ਕਿ ਹਿੱਲੇ ਜੁਲੇਗਾ ਨਹੀਂ, ਔਰ ਉੱਤੋਂ ਵੀ ਇੱਥੋਂ ਜਿਹੜਾ ਨਾ ਬਜਰੀ ਪਾ ਕੇ ਅਤੇ ਇਹਨੂੰ ਜਿਹੜਾ ਨਾ ਬੰਦ ਕਰ ਦਿਆਂਗੇ।
ਹਾਂਜੀ ਕੈਸਾ ਲੱਗ ਰਿਹਾ ਜੀ? ਜ਼ਬਰਦਸਤ। ਦੋਵੇਂ ਜਣੇ ਦੱਸੋ। ਮਾਸ਼ਾਅੱਲਾ ਮਾਸ਼ਾਅੱਲਾ ਸੋਹਣਾ ਲੱਗ ਰਿਹਾ ਹੈ। ਵਿੰਡੋ ਦਰਵਾਜ਼ੇ ਠੀਕ ਲੱਗ ਰਹੇ ਨੇ? ਬਿਲਕੁਲ ਠੀਕ, ਓਕੇ ਹੋ ਗਿਆ, ਇੰਨ ਬਰਾਬਰ ਲੱਗ ਰਹੀ ਹੈ ਚੀਜ਼। ਤੁਸੀਂ ਵੀ ਵੇਖ ਲਓ ਜੀ, 1 2 3 4 5 ਚੈੱਕ ਕਰੋ ਜੀ, ਮਾਸ਼ਾਅੱਲਾ। ਦਰਵਾਜ਼ਾ ਹਾਲੇ ਬੰਦ ਨਹੀਂ ਕੀਤਾ ਕਿਉਂਕਿ ਇਹਨੂੰ ਪੱਕਿਆ ਕਰਨਾ ਵਾ। ਵਿੰਡੋ ਸਾਡੀਆਂ ਤਕਰੀਬਨ ਪੱਕੀਆਂ ਹੋਈਆਂ ਖਲੀਆਂ ਨੇ ਕਿਉਂਕਿ ਅਸੀਂ ਇਹਨੂੰ ਨਾ ਬੜਾ ਜ਼ੋਰ ਨਾਲ ਜਿਹੜਾ ਨਾ ਬੰਦ ਕੀਤਾ ਹੋਇਆ ਠੋਕ ਕੇ ਵਿੱਚ। ਔਰ ਦਰਵਾਜ਼ਾ ਵੀ ਅਲਹਮਦੁਲਿਲਾ ਸਾਡਾ ਲੱਗ ਗਿਆ, ਥੱਲੂ ਇੱਕ ਸਾਈਡ ਤਾਂ ਮੈਂ ਪੱਕੀ ਕਰ ਦਿੱਤੀ ਆ, ਚੈੱਕ ਕਰੋ। ਔਰ ਦੂਸਰੀ ਸਾਈਡ ਜਿਹੜੀ ਹੈ ਨਾ ਉਹ ਮੈਂ ਹਾਲੇ ਪੱਕੀ ਕਰਨੀ ਹੈ ਜੀ। ਉਹਦੇ ਵਾਸਤੇ ਇਹ ਜਿਹੜਾ ਨਾ ਸੀਮਿੰਟ ਬਜਰੀ ਮੇਰੇ ਕੋਲ ਪਿਆ, ਉਹ ਸਾਈਡ ਪੱਕੀ ਕਰਨੀ ਹੈ। ਇਹ ਸਾਈਡ ਮੇਰੀ ਜਿਹੜੀ ਨਾ ਪੱਕੀ ਹੋ ਗਈ ਹੋਈ ਹੈ। ਔਰ ਇੱਧਰ ਮਾਸ਼ਾਅੱਲਾ ਜੀ ਬੇਗਮ ਨੇ ਨਾ ਚੁੱਲ੍ਹੇ ਵਾਲੀ ਅਖੀਰ ਹੀ ਕਰ ਦਿੱਤੀ, ਮਾਸ਼ਾਅੱਲਾ। ਚੈੱਕ ਕਰੋ ਕਿੱਡਾ ਖੂਬਸੂਰਤ ਜਿਹੜਾ ਨਾ ਉਹ ਡਿਜ਼ਾਇਨ ਬਣਾਈ ਲੋਕੀ, ਸਾਦਾ ਵੀ ਔਰ ਡੀਸੈਂਟ ਵੀ, ਖੂਬਸੂਰਤ ਵੀ ਲੱਗਦਾ ਪਿਆ ਔਰ ਸਾਦੇ ਦਾ ਸਾਦਾ ਵੀ ਹੈ। ਕੋਈ ਇੱਚੀਆਂ ਬੀਚੀਆਂ ਵੀ ਜਿਹੜੀਆਂ ਨਾ ਉਹ ਅਸੀਂ ਇਹਦੇ ਤੋਂ ਨਹੀਂ ਬਣਾਈਆਂ, ਅਤੇ ਇਸ ਤਰ੍ਹਾਂ ਨਾਲ ਬਣਾਵੀਦਾ ਹੁੰਦਾ ਹੈ, ਇਸ ਤਰ੍ਹਾਂ ਨਾਲ ਬਣਾਵੀਦਾ, ਇਹ ਇਸ ਤਰ੍ਹਾਂ ਬਣਾ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਨਾ ਹੁੰਦਾ ਫਿਰ ਉਹ ਖੇਡ ਹੋ ਜਾਂਦੀ। ਥੋੜ੍ਹੇ ਡੂੰਘੇ ਕਰਨੇ ਨਾ ਵੀ ਜੜ ਰਹੇ, ਦੂਸਰਾ ਵਿੱਚ ਰਾਂਗੇ ਭਰਨਾ ਹੈ ਨਾ, ਇਸ ਤਰ੍ਹਾਂ ਤਾਂ। ਚਲੋ ਥੋੜ੍ਹੀ ਜਿਹਾ ਠੀਕ ਉਸ ਵਿੱਚ ਫਿਰ ਜਾਸੀ। ਅਲਹਮਦੁਲਿਲਾ ਜੀ ਦੋਵੇਂ ਜਿਹੜਾ ਨਾ ਕੰਮ 'ਤੇ ਲੱਗੇ ਹੋਏ ਆ, ਉਹ ਵੀ ਦੋਵੇਂ ਕੰਮ 'ਤੇ ਲੱਗੇ ਹੋਏ ਨੇ, ਚਾਰੇ ਜਣੇ ਅਸੀਂ ਜਿਹੜਾ ਨਾ ਸੁਬਾਹ ਦੇ ਲੱਗੇ ਹੋਏ ਹਾਂ। ਬੇਗਮ ਨੇ ਚੁੱਲ੍ਹੇ ਫਿੱਟ ਕਰ ਦਿੱਤੇ ਨੇ ਔਰ ਮੈਂ ਜਿਹੜਾ ਨਾ ਜੀ ਬੂਹੇ 'ਤੇ ਬਾਰੀਆਂ ਫਿੱਟ ਕਰ ਦਿੱਤੀਆਂ ਨੇ। ਅੱਗੂ ਜਿਹੜੀ ਹੈ ਨਾ ਜੀ ਸਾਰੀ ਮਿੱਟੀ ਸ਼ਿੱਟੀ ਜਿਹੜੀ ਡਿੱਗੀ ਸੀ, ਜਿਹੜੀ ਅਸੀਂ ਪੱਟੀ ਸੀ, ਸਾਰੀ ਜਿਹੜੀ ਨਾ ਸਾਫ਼ ਸੂਫ ਕਰ ਦਿੱਤੀ। ਹੁਣ ਤੁਸੀਂ ਵੇਖੋ ਮਾਸ਼ਾਅੱਲਾ ਕਮਰਾ ਜਿਹੜਾ ਨਾ ਕਿੱਡਾ ਖੂਬਸੂਰਤ ਲੱਗਦਾ ਪਿਆ। ਫਿਲਹਾਲ ਥੋੜ੍ਹਾ ਜਿਹਾ ਥੱਲੂ ਮਜ਼ਬੂਤ ਹੁੰਦਾ ਨਾ, ਅਤੇ ਫਿਰ ਮੈਂ ਇਹਦਾ ਦਰਵਾਜ਼ਾ ਬੰਦ ਕਰਕੇ ਨਾ ਫਿਰ ਤੁਹਾਨੂੰ ਵਿਖਾਵਾਂਗਾ, ਫਿਰ ਵੇਖਣਾ ਵੀ ਕਿੰਨਾ ਖੂਬਸੂਰਤ ਲੱਗਦਾ। ਔਰ ਮਾਸ਼ਾਅੱਲਾ ਜੀ ਬੇਗਮ ਸਾਹਿਬਾ ਨੇ ਚੁੱਲ੍ਹੇ ਵੇਖੋ ਕਿੱਡੇ ਖੂਬਸੂਰਤ ਜਿਹੜੇ ਨਾ ਬਣਾ ਲੈਣੇ, ਚੈੱਕ ਕਰੋ ਜੀ। ਔਰ ਹੁਣ ਇਹ ਹਾਲੇ ਜਿਹੜੇ ਨਾ ਜੀ ਫੁੱਲ ਬਣਦੇ ਪਏ ਨੇ, ਫਿਲਹਾਲ ਹਾਲੇ ਇਹ ਪ੍ਰੋਸੈਸ 'ਚ ਹਨ, ਇਹ ਜਦੋਂ ਬਣਨਗੇ ਨਾ ਫਿਰ ਖੂਬਸੂਰਤ ਲੱਗਣਗੇ। ਅਲਹਮਦੁਲਿਲਾ ਜੀ ਕੰਮ ਸ਼ੰਮ ਜਿਹੜਾ ਨਾ ਸਾਡਾ ਅੱਜ ਮਾਸ਼ਾਅੱਲਾ ਕਾਫੀ ਹੋ ਗਿਆ। ਪੋਚਾ ਵੀ ਸਾਰਾ ਲੱਗ ਗਿਆ, ਨਸੀਮ ਨੇ ਮਾਰਿਆ, ਬੇਗਮ ਨੇ ਬਣਾਏ ਨੇ ਜੀ ਚੁੱਲ੍ਹੇ। ਅੱਗੇ ਅਸੀਂ ਬਣਾਇਆ ਸੀ ਲੇਕਿਨ ਉਹਨਾਂ ਦੀ ਸਾਰੀ ਫਿਨਿਸ਼ਿੰਗ ਕੀਤੀ ਆ, ਔਰ ਉੱਤੋਂ ਜਿਹੜਾ ਨਾ ਉਹਨੂੰ ਤੂੜੀ ਵਾਲੀ ਮਿੱਟੀ ਨਾਲ ਨਿਭਾਈ ਕੀਤੀ ਆ, ਅਤੇ ਮੈਂ ਜਿਹੜਾ ਨਾ ਜੀ ਦਰਵਾਜ਼ੇ ਔਰ ਵਿੰਡੋ ਜਿਹੜੀ ਹੈ ਨਾ ਉਹ ਫਿੱਟ ਕੀਤੀਆਂ ਨੇ। ਇੱਕ ਵਾਰੀ ਆਖਰੀ ਵਾਰੀ ਨਾ ਤੁਹਾਨੂੰ ਫਿਰ ਵਿੰਡੋ ਔਰ ਦਰਵਾਜ਼ੇ ਵਿਖਾ ਲੈਂਦੇ ਹਾਂ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮੱਚ ਗਿਆ ਬਾਰਲਾ, ਬੰਦ ਹੋ ਗਿਆ, ਹੁਣ ਬੰਦ ਹੋ ਗਿਆ। ਲਾਲ ਅਸੀਂ ਬੰਦ ਨਹੀਂ ਹਾਲੇ ਕਰ ਸਕਦੇ ਕਿਉਂਕਿ ਉਹਨੂੰ ਨਾ ਟੇਕਾ ਲਾ ਕੇ ਰੋਕਿਆ ਹੋਇਆ, ਉੱਤੇ ਵੀ ਹਾਲੇ ਤੀਕਰ ਉਹਦੀ ਮਜ਼ਬੂਤੀ ਨਹੀਂ ਹੋਈ। ਥੱਲੇ ਉਹਨੂੰ ਲਾਇਆ ਵਾ ਬਜਰੀ ਵਾਲਾ ਜਿਹੜਾ ਨਾ ਸੀਮਿੰਟ ਬਣਾ ਕੇ, ਕੰਕਰੀਟ ਕੀਤਾ ਵਾ ਤਾਂ ਕਿ ਥੱਲੇ ਵਾਲੀ ਬੁਨਿਆਦ ਜਿਹੜੀ ਹੈ ਨਾ ਉਹਦੀ ਮਜ਼ਬੂਤ ਹੋ ਜਾਵੇ ਔਰ ਥੱਲੇ ਵਾਲੀਆਂ ਜਿਹੜੀਆਂ ਲਹਿਰਾਂ ਨਾ ਉਹ ਬਿਲਕੁਲ ਹਾਰਡ ਹੋ ਜਾਣ, ਹਿੱਲਣ ਨਾ, ਅਤੇ ਉਹ ਫਿਰ ਹਾਲੇ ਮੈਂ ਇਹਨੂੰ ਬੰਦ ਨਹੀਂ ਕਰ ਸਕਦਾ ਕਿਉਂਕਿ ਟੇਕ ਲਾਈ ਹੋਈ ਹੈ ਨਾ ਵੀ, ਤਾਂ ਕਿ ਆਪਣੀ ਜਗ੍ਹਾ 'ਤੇ ਜਿੱਥੇ ਉਹਦਾ ਗੁਣੀਆਂ ਕੀਤਾ ਨਾ, ਉਹਦਾ ਸਾਲ ਕੀਤੀ, ਉਹਦਾ ਲੈਵਲ ਕੀਤਾ ਨਾ, ਉੱਥੇ ਇੱਕ ਵਾਰੀ ਮਜ਼ਬੂਤ ਹੋ ਜਾਏਗਾ। ਸਾਰੀ ਰਾਤ ਇਸ ਤਰ੍ਹਾਂ ਹੋਇਆ ਮਜ਼ਬੂਤ ਹੋ ਜਾਏਗਾ, ਸੁਬਹ ਇਹਨੂੰ ਜਿਹੜਾ ਨਾ ਖੋਲ੍ਹ ਕੇ ਬੂਹਾ ਵੀ ਬੰਦ ਕਰ ਦਿਆਂਗੇ
ਔਰ ਇਹਨੂੰ ਹਾਲੇ ਕੁੰਡਾ ਲਾਉਣ ਵਾਲਾ ਵਾ, ਉਹ ਵੀ ਕੁੰਡਾ ਵੀ ਲਾਵਾਂਗੇ। ਬਾਕੀ ਵਿੰਡੋ ਜਿਹੜੀਆਂ ਨਾ ਜੀ, ਉਹ ਤੁਸੀਂ ਚੈੱਕ ਕਰੋ ਔਰ ਦੱਸਣਾ ਜ਼ਰੂਰ ਹੈ ਕਿ ਕਿਸ ਤਰ੍ਹਾਂ ਲੱਗਦੀਆਂ ਪਈਆਂ ਨੇ। ਖੂਬਸੂਰਤ ਦੋ ਵਿੰਡੋ ਖੂਬਸੂਰਤ ਲੱਗਦੀਆਂ ਪਈਆਂ ਨੇ ਜਾਂ ਨਹੀਂ ਖੂਬਸੂਰਤ ਲੱਗਦੀਆਂ ਪਈਆਂ, ਇਹ ਤੁਸੀਂ ਜ਼ਰੂਰ ਕਮੈਂਟ ਕਰਨਾ। ਵਰਨਾ ਹੁਣ ਵੀ ਹਾਲੇ ਮੈਂ ਇੱਕ ਬੰਦ ਕਰ ਦਿਆਂਗਾ ਔਰ ਇੱਕ ਜਿਹੜੀ ਹੈ ਨਾ ਉਹ ਨੈਕਸਟ ਕਮਰੇ ਵਾਸਤੇ ਬੰਦਾ ਰੱਖ ਲੈਂਦਾ। ਲੇਕਿਨ ਫਿਲਹਾਲ ਮੈਨੂੰ ਸੋਹਣੀਆਂ ਲੱਗਦੀਆਂ ਪਈਆਂ ਨੇ ਦੋ, ਤੁਸੀਂ ਮੈਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ। ਮੈਂ ਕਿਹਾ ਜੀ ਦਰਵਾਜ਼ਾ ਜਿਹੜਾ ਨਾ ਇੱਕ ਵਾਰੀ ਬੰਦ ਕਰਕੇ ਤੁਹਾਨੂੰ ਵਿਖਾ ਦਿੰਦੇ ਹਾਂ ਵੀ ਦਰਵਾਜ਼ਾ ਸਾਡਾ ਬੰਦ ਵੀ ਹੋ ਜਾਂਦਾ, ਖੁੱਲ੍ਹਾ ਨਹੀਂ ਰਹਿੰਦਾ। ਅਤੇ ਬਾਕੀ ਫਿਰ ਇਸੇ ਤਰ੍ਹਾਂ ਦੀਆਂ ਟੇਕਾਂ ਜਿਹੜੀਆਂ ਨਾ ਲਾ ਦਿੱਤਾ, ਆਹਿਸਤਾ ਜਿਹਾ ਜਿਹੜਾ ਨਾ ਬੰਦ ਕਰਨੇ ਆ, ਫਿਰ ਆਹਿਸਤਾ ਜਿਹਾ ਖੋਲ੍ਹ ਦਿੱਤਾ ਵੀ ਤਾਂ ਕਿ ਹਿੱਲੇ ਨਾ ਜਿੰਨੀ ਦੇਰ ਮਜ਼ਬੂਤ ਨਾ ਹੋ ਜਾਵੇ। ਅਮਾਨਤ ਕਰ ਵੀ ਬੰਦ, ਅਮਾਨਤ ਰੰਦੇ ਢੋ ਦੇ, ਕਰਦੇ 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 ਪਿਛਲਾ ਪਰਲਾ ਵੀ ਕਰਦੇ ਬੂਆ। ਮਾਸ਼ਾਅੱਲਾ ਮਾਸ਼ਾਅੱਲਾ ਅਲਹਮਦੁਲਿਲਾ ਜੀ, ਕਿੰਨੇ ਪਿਆਰੇ ਲੱਗਦੇ ਪਏ ਦੋਵੇਂ ਵਿੰਡੋ ਵੀ ਔਰ ਦਰਵਾਜ਼ਾ ਵੀ ਮਾਸ਼ਾਅੱਲਾ ਫਿੱਟ ਹੋ ਗਿਆ ਹੈ। ਜਦੋਂ ਇਹਨਾਂ ਤੇ ਰੰਗ ਲੱਗੇਗਾ ਉਦੋਂ ਇਤਨਾ ਖੂਬਸੂਰਤ ਜਿਹੜਾ ਹੋਰ ਲੱਗੇ ਆ। ਸ਼ੁਕਰ ਅਲਹਮਦੁਲਿਲਾ ਜੀ, ਅਮਾਨਤ ਸਾਹਿਬ ਜਿਹੜੀ ਨਾ ਹੁਣ ਮਹਿਫੂਜ਼ ਹੋ ਗਈ ਹੈ, ਹੁਣ ਸਾਨੂੰ ਕੋਈ ਪਰੇਸ਼ਾਨੀ ਨਹੀਂ ਔਰ ਨਾ ਹੀ ਸਾਡੀ ਡਿਜ਼ਨੀ ਟੈਨਸ਼ਨ ਬਣੇਗੀ ਕਿ ਉਹਨਾਂ ਨੂੰ ਸਰਦੀ ਲੱਗਦੀ ਪਈ ਹੈ ਜਾਂ ਦਰਵਾਜ਼ਾ ਨਹੀਂ ਹੈ ਜਾਂ ਕੋਈ ਇਸ ਤਰ੍ਹਾਂ ਦਾ ਪਰੇਸ਼ਾਨੀ ਜਿਹੜੀ ਨਾ ਉਹ ਨਹੀਂ ਹੋਵੇਗੀ। ਹਾਂਜੀ ਬਈ ਅਮਾਨਤ, ਕਿਹਸਾ ਲੱਗਾ ਹੈ? ਦਰਵਾਜ਼ਾ ਤੇ ਖਿੜਕੀਆਂ ਲੱਗੀਆਂ ਨੇ ਸੋਹਣੀਆਂ ਤੇ ਹੁਣ ਅੱਲਾਹ ਆਪਣੇ ਨਸੀਬ ਕਰੇ ਦੋਵਾਂ ਦੇ, ਫੈਮਿਲੀਆਂ ਨੂੰ ਕਾਮਯਾਬ ਕਰੇ। ਆਮੀਨ। ਅਲਹਮਦੁਲਿਲਾ ਸਰ, ਮਾਸ਼ਾਅੱਲਾ ਸਾਡੇ ਭਾਈ ਸਾਹਿਬ ਨੇ ਸਾਡੇ ਦਰਵਾਜ਼ੇ ਵੀ ਲਾ ਦਿੱਤੇ ਨੇ, ਸ਼ੁਕਰ ਅੱਲਾ ਦਾ, ਲੱਖ ਲੱਖ ਅੱਲਾ ਸੋਹਣੇ ਦਾ ਬਹੁਤ ਅਹਿਸਾਨ ਹੈ। ਭਾਈ ਨੇ ਸਾਡੀ ਬੜੀ ਹੈਲਪ ਕੀਤੀ ਹੈ, ਬਹੁਤ ਹੀ ਵੇਖ ਸਕਦਾ ਮੇਰੀ ਭੈਣ ਅਤੇ ਭਾਈ ਵੀ ਆਪੀ ਦੇ ਅੱਜ ਦਰਵਾਜ਼ੇ ਲੱਗ ਗਏ ਨੇ, ਮਹਿਫੂਜ਼ ਹੋ ਗਈ ਆਪੀ, ਅੱਗੇ ਮਹਿਫੂਜ਼ ਸੀ ਹੁਣ ਜ਼ਿਆਦਾ ਹੈ। ਭਾਈ ਸਾਹਿਬ ਦਾ ਰਾਏ ਸਨ ਰਾਤ ਨੂੰ, ਉਹਨੇ ਬੜਾ ਪਰੇਸ਼ਾਨ ਹੋਇਆ, ਇੰਨਾ ਵੇਖੋ ਉਹਨੇ ਖੋਏ ਹੋਏ, ਇੱਥੇ ਠੰਡ ਬੜੀ ਲੱਗਦੀ, ਫਿਰ ਫੌਰਨ ਗਏ ਤੇ ਦਰਵਾਜ਼ਾ ਲਿਆਂਦਾ, ਦਰਵਾਜ਼ਾ ਲਿਆਣ ਕੇ ਰਾਤ ਨੂੰ ਰੱਖ ਗਏ ਸਨ ਤੇ ਕਹਿੰਦੇ ਫਸਟ ਟਾਈਮ ਲਾ ਲੈਣਾ, ਲੇਕਿਨ ਸਾਦ ਪਹਿਲੇ ਆਏ ਨੇ, ਇਹਨਾਂ ਨੇ ਫਿਰ ਦਰਵਾਜ਼ਾ ਦੇਖਿਆ ਨਹੀਂ ਕੀਤਾ, ਤੁਹਾਨੂੰ ਦੱਸਿਆ ਵੀ ਸੀ ਤੇ, ਲੇਕਿਨ ਅੱਲਾ ਦਾ ਸ਼ੁਕਰ ਵੇਖ ਸਕਦੇ ਮਾਸ਼ਾਅੱਲਾ ਖੂਬਸੂਰਤੀ ਲੱਗਦੀ ਵੀ ਇਹ ਉਸਤਾਦ ਹੀ ਇਨਸ਼ਾਅੱਲਾ ਖੂਬਸੂਰਤੀ ਕਰਾਂਗੇ, ਨਾਲ ਹੀ ਤਾਂ ਸਿੱਲਾ ਹੀ ਆ ਗਿਆ ਤੇ ਅੱਲਾ ਕਹਿੰਦਾ ਨਾ ਹਿੱਲਾ ਕਰ ਵੀ ਸਿੱਲਾ ਮੈਂ ਬਣਾਗਾ। ਭਾਈ ਜੀ 10 ਰਾਤ ਦੇ 10 ਵਜੇ ਤੱਕ ਵੀ ਬੈਠੇ ਰਹਿਣ ਦਰਵਾਜ਼ੇ ਬਣਨ ਤੇ ਮੈਂ ਜਾਵਾਂ, ਉਹਨੇ ਇੰਨੀ ਟੈਨਸ਼ਨ ਭਾਈ ਸਭ ਦਿਨ ਲਈ, ਬਹੁਤ ਜ਼ਿਆਦਾ ਟੈਨਸ਼ਨ ਲਈ ਤੇ ਦਰਵਾਜ਼ੇ, ਅੱਲਾ ਦਾ ਸ਼ੁਕਰ ਹੈ, ਲੱਖ ਲੱਖ ਸ਼ੁਕਰ ਹੈ, ਬਹੁਤ ਬਹੁਤ ਭਾਈ ਸਭ ਦੀ ਮਿਹਰਬਾਨੀ। ਜਿਹੜੇ ਮੇਰੇ ਭੈਣ ਤੇ ਭਾਈ ਕਮੈਂਟ ਕਰਦੇ ਨਾ ਕੀਤਾ ਕਰੋ, ਅਸੀਂ ਕਮੈਂਟ ਤੇ ਯਕੀਨ ਵੀ ਨਹੀਂ ਕਮੈਂਟ ਕਰਨ ਅੱਛੇ ਕਰਨ ਦਾ ਤਾਂ ਕਿ ਅਗਲੇ ਦਾ ਦਿਲ ਖੁਸ਼ ਹੋ ਜਾਏ। ਪਿਆਰੇ ਪਿਆਰੇ ਕਮੈਂਟ ਕਰਨ ਮੇਰੇ ਭੈਣ ਤੇ ਭਾਈਆਂ, ਅਗਲੇ ਦਿਨ ਮੈਂ ਕਿਹਾ ਮੈਂ ਹੁਣ ਵੀਡੀਓ ਫਿਰ ਬਣਾਣੀ ਸੀ, ਮੇਰੇ ਭਾਈ ਇੰਜ ਨਾ ਕਰਨ, ਕੋਈ ਕਿਸੇ ਨਹੀਂ ਖਾਂਦਾ, ਅੱਲਾ ਦਾ ਸ਼ੁਕਰ ਹੈ ਸਾਨੂੰ ਸੰਭਾਲਦੇ ਨੇ, ਸਭ ਕੁਝ ਦਿੰਦੇ ਨੇ ਅਲਹਮਦੁਲਿਲਾ, ਤੇ ਅੱਜ ਜੋ ਵੀ ਅਸੀਂ ਆ ਨਾ ਭਾਈ ਸਭ ਦਰ ਦੀ ਵਜ੍ਹਾ ਤੋਂ, ਬਿਲਕੁਲ ਅੱਲਾ ਦੀ ਵਜ੍ਹਾ ਤੋਂ, ਅੱਲਾ ਤਾਲਾ ਦੀ ਕਰਮ ਨਵਾਜ਼ੀ, ਮੇਰਾ ਕੁਝ ਵੀ ਨਹੀਂ ਹੈ। ਕੁਛ ਕੰਮ ਐਸੇ ਹੁੰਦੇ ਨੇ ਜਿਹੜਾ ਇਕੱਲਾ ਨਹੀਂ ਕਰ ਸਕਦਾ, ਦੋ ਕਰ ਸਕਦੇ, ਇੱਕ ਇਕੱਲਾ ਤੇ ਦੋ ਯਾਰਾਂ, ਇਹ ਵਾਲਾ ਲਫ਼ਜ਼ ਜਿਹੜਾ ਨਾ ਸਿਆਣਿਆਂ ਨੇ ਬਣਾਇਆ, ਇਹ ਐਵੇਂ ਨਹੀਂ ਬਣਾਇਆ ਹੋਇਆ, ਅਗਰ ਮੈਂ ਇਕੱਲਾ ਹੁੰਦਾ ਤੇ ਸ਼ਾਇਦ ਇਤਨਾ ਕੁਛ ਨਾ ਕਰ ਸਕਦਾ, ਤੁਸੀਂ ਨਾਲ ਆਏ ਹੋ, ਅਸੀਂ ਨਾਲ ਲੱਗੇ, ਇਨਸ਼ਾਅੱਲਾ ਦੋਵਾਂ ਨੇ ਰਲ ਮਿਲ ਕੇ ਪੂਰਾ ਘਰ ਜਿਹੜਾ ਨਾ ਜੀ ਅਸੀਂ ਡਿਵੈਲਪ ਕਰ ਲਿਆ ਹੋਇਆ ਅਲਹਮਦੁਲਿਲਾ, ਮਿੱਟੀ ਵੀ ਸਾਡੀ ਜਿਹੜੀ ਹੈ ਨਾ ਜੀ ਤਿਆਰ ਹੋ ਗਈ ਹੈ, ਉਹ ਤੁਸੀਂ ਵੇਖ ਸਕਦੇ ਹੋ, ਕੱਲ ਅਸੀਂ ਜਾਂ ਪਰਸੋਂ ਅਸੀਂ ਜਿਹੜਾ ਨਾ ਚੌਥਰਾ ਲਈ, ਪਰਸੋਂ ਕੱਲ ਕਰਾਂਗੇ, ਕੱਲ ਹੀ ਕਰਾਂਗੇ, ਕੱਲ ਹੀ ਬਣ ਜਾਏਗੀ ਮਿੱਟੀ, ਤਾਂ ਬਿਜੀ ਵੀ ਬਣੀ ਪਈ ਆ, ਸਿਰਫ ਉਹਨੂੰ ਆਪਾਂ ਕਈ ਮਾਰ ਕੇ ਤਿਆਰ ਕਰਾਂਗੇ, ਅੱਜ ਫਿਰ ਚੁੱਲ੍ਹੇ ਨੇ ਰੋੜਾ ਤੇ ਬਣੇ ਲੈਣਾ, ਤੈਨੂੰ ਪਤਾ ਸਾਰਾ ਦਿਨ ਚੁੱਲ੍ਹੇ ਜਿਹੜਾ ਹੋ ਰਿਹਾ ਤੇ ਅਮਾਨਤ ਬਈ, ਕੱਲ ਆਪਾਂ ਪਤਾ ਕੀ ਕੰਮ ਕਰਨਾ, ਕੱਲ ਆਪਾਂ ਨਾਸ਼ਤਾ ਕਰਕੇ ਨਾ ਜਿਹੜਾ ਉਹ ਪੱਥਰ ਪਿਆ,
ਉਹ ਆਪਾਂ ਲੈ ਕੇ ਆਉਣਾ, ਚਾਹੇ ਆਪਾਂ ਰੇੜੀਆਂ ਕਿਰਾਏ ਤੇ ਲਿਆ ਵੀ, ਚਾਹੇ ਆਪਾਂ ਇੱਥੋਂ ਚੱਲ ਜਾਵਣ, ਕੱਲ ਜੁਮਾ ਹੈ ਇੱਥੇ ਰੇੜੀ ਇੱਕ ਵਿਹਲੀ ਹੋਣੀ, ਇੱਕ ਆਪਾਂ ਉੱਥੋਂ ਲੈ ਆਵਾਂਗੇ, ਇੱਕ ਉੱਥੋਂ ਲੈ ਆਵਾਂਗੇ ਜਾਂ ਇੱਕ ਤੇ ਸਾਰ ਲਵਾਂਗੇ ਕੀ ਬਤਾ, ਜੀ ਨਹੀਂ ਦੋ ਹੋਣ ਜਾਣੇ, ਇੱਕ ਪਿੱਛੇ ਭਰੀ ਪਈ, ਇੱਕ ਬੰਦਾ ਸੱਟ ਕੇ ਵਿਹਲੀ ਲੈ ਕੇ ਜਾਓ, ਦੂਸਰੀ ਭਰੀ ਪਈ ਹੋਏਗੀ, ਤੇ ਉਹ ਆਪਾਂ ਲੈ ਕੇ ਨਾ ਆ ਕੇ ਇਹ ਰਸਤੇ ਬਣਾ ਕੇ ਜਿਹੜੇ ਇੱਥੇ ਰਸਤੇ ਬਣਾਉਣੇ ਨੇ, ਰਸਤੇ ਬਣਾ ਕੇ ਲਿਪਾਈ ਕਰਾਂਗੇ ਨਾ ਵੀ, ਤਾਂ ਕਿ ਵਿੱਚ ਪੱਥਰ ਦੀ ਰਸਤਾ ਬਣਿਆ ਹੋਏਗਾ, ਸਾਈਡਾਂ ਤੋਂ ਲਿਪਾਈ ਹੋਏਗੀ, ਉਹ ਫਿਰ ਬੰਦਾ ਲੰਘਾ ਟਾਪਾ ਜਿਹੜਾ ਨਾ ਉਹ ਆਸਾਨੀ ਹੋ ਜਾਏ, ਔਰ ਉਹ ਪੱਥਰ ਜਿਹੜਾ ਨਾ ਬਿਲਕੁਲ ਆਪਾਂ ਤਰਤੀਬ ਨਾਲ ਲਾਵਾਂਗੇ ਵੀ ਉਹ ਬਾਅਦ ਵਿੱਚ ਵੀ ਲੱਗੇ ਰਹਿਣਗੇ, ਉਸੇ ਤਰ੍ਹਾਂ ਉਤੂੰ ਦਮੂਸੇ ਦੀ ਸੱਟ ਮਾਰਾਂਗੇ, ਬਿਲਕੁਲ ਪੱਧਰਾ ਕਰਾਂਗੇ, ਠੀਕ ਹੈ ਨਾ, ਤੇ ਮਾੜਾ ਮੋਟਾ ਅਗਰ ਉਹਦੇ 'ਚ ਮਹਿਸੂਸ ਕੀਤਾ ਤੇ ਥੋੜ੍ਹਾ ਜਿਹਾ ਨੀਰੂ ਬਣਾ ਕੇ ਸੀਮੈਂਟ ਦਾ ਉਹਦੇ ਉੱਤੇ ਮਾਰ ਦਿਆਂਗੇ ਵੀ, ਤਾਂ ਕਿ ਉਹਦੀਆਂ ਜਿਹੜੀਆਂ ਜਰੀਆਂ ਜੁਰੀਆਂ ਨੇ ਖਤਮ ਹੋ ਜਾਣਗੀਆਂ, ਤੇ ਉਹ ਬਿਲਕੁਲ ਰਸਤਾ ਜਿਹੜਾ ਨਾ ਕਲੀਅਰ ਬਣ ਜਾਏਗਾ। ਸਾਡੇ ਭੈਣ ਭਾਈਆਂ ਨੇ ਕਹਿੰਦੀ ਜੋ ਭੈਣ ਭਾਈ ਸਾਡੀ ਸਪੋਰਟ ਕਰਦੇ ਨੇ ਨਾ, ਬੜੀ ਮਿਹਰਬਾਨੀ, ਭਾਈ ਦੀ ਜਿਹੜੀ ਵੀਡੀਓ ਅੱਗੇ ਸ਼ੇਅਰ ਕਰਦੇ ਨੇ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ, ਬਹੁਤ ਮਿਹਰਬਾਨੀ, ਮੈਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਬੜਾ ਬੜਾ ਸ਼ੁਕਰੀਆ ਅਦਾ ਕਰਨੀ ਆ। ਅਲਹਮਦੁਲਿਲਾ ਜੀ, ਇਹ ਜੋ ਕੁਛ ਵੀ ਅੱਜ ਤੀਕਰ ਹੋ ਚੁੱਕਿਆ ਨਾ, ਇਹ ਸਾਰਾ ਦਾ ਸਾਰਾ ਕ੍ਰੈਡਿਟ ਜਿਹੜਾ ਨਾ ਉਹ ਸਫਦਰ ਫੈਮਿਲੀ ਨੂੰ ਜਾਂਦਾ, ਅਸੀਂ ਕੁਛ ਵੀ ਨਹੀਂ ਹੈ, ਮੈਂ ਤਾਂ ਪਿਛਲੇ ਇੱਕ ਡੇਢ ਸਾਲ ਤੋਂ ਲੱਗਾ ਹੋਇਆ ਸੀ, ਕੁਛ ਵੀ ਨਹੀਂ, ਜਿੰਨੇ ਤੀਕਰ ਸਫਦਰ ਫੈਮਿਲੀ ਨਾਲ ਨਹੀਂ ਜੁੜੀ, ਉਹਨਾਂ ਨੇ ਸਪੋਰਟ ਨਹੀਂ ਕੀਤੀ, ਉਹਨਾਂ ਨੇ ਵੀਡੀਓ ਅੱਗੇ ਜਿਹੜੀ ਹੈ ਨਾ ਸ਼ੇਅਰ ਨਹੀਂ ਕੀਤੀ, ਵਿਊਜ਼ ਅੱਛਾ ਨਹੀਂ ਆਇਆ, ਉਹ ਤਾਂ ਤੀਕਰ ਕੁਛ ਵੀ ਨਹੀਂ ਹੋ ਸਕਦਾ ਸੀ। ਔਰ ਅਮਾਨਤ ਫੈਮਿਲੀ ਉਰੀ ਫੈਸਲਾਬਾਦ ਤੋਂ ਆਏ ਨੇ, ਇਹਨਾਂ ਦੇ ਪਿੱਛੇ ਹਾਲਾਂਕਿ ਤਨਕੀਦ ਮੈਨੂੰ ਕਾਫੀ ਹੋ ਰਹੀ ਹੈ, ਲੇਕਿਨ ਮੈਨੂੰ ਪਹਿਲੇ ਵੀ ਬੜੀਆਂ ਤਨਕੀਦਾਂ ਹੋਈਆਂ ਨੇ, ਮੈਂ ਕਿਸੇ ਤਨਕੀਦ ਦਾ ਜਿਹੜਾ ਨਾ ਆਪਣੇ ਸਿਰ 'ਤੇ ਵਜ਼ਨ ਕਦੇ ਨਹੀਂ ਰੱਖਿਆ। ਅਲਹਮਦੁਲਿਲਾ, ਆਪਣੀ ਜਿਹੜੀ ਹੈ ਨਾ ਮੰਜ਼ਿਲ 'ਤੇ ਪਹੁੰਚਣਾ ਵਾਂ, ਆਪਣੇ ਟਾਰਗੇਟ 'ਤੇ ਪਹੁੰਚਣਾ ਵਾਂ, ਜੋ ਮੇਰੀ ਮੰਜ਼ਿਲ ਹੈ ਇਨਸ਼ਾਅੱਲਾ ਇੱਕ ਦਿਨ ਅੱਲਾਹ ਤਾਲਾ ਮੈਨੂੰ ਉਸ ਮੰਜ਼ਿਲ 'ਤੇ ਲੈ ਕੇ ਜਾਏਗਾ। ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ, ਜੋ ਕੋਈ ਮਰਜ਼ੀ ਜਿਸ ਤਰ੍ਹਾਂ ਦਾ ਮਰਜ਼ੀ ਕਮੈਂਟ ਕਰ ਦੇਵੇ, ਮੈਨੂੰ ਕੋਈ ਪਰਵਾਹ ਨਹੀਂ ਹੈ। ਬਾਕੀ ਕੁਛ ਕਮੈਂਟ ਕਰਦੇ ਪਏ ਸਨ ਕਿ ਅਮਾਨਤ ਫੈਮਿਲੀ ਹੈ ਜੀ, ਅਮਾਨਤ ਫੈਮਿਲੀ ਨਾਲ ਇਹ ਕਰੇਗਾ, ਅਮਾਨਤ ਫੈਮਿਲੀ ਨਾਲ ਉਹ ਕਰੇਗਾ, ਉਹ ਮੈਨੂੰ ਪਤਾ ਹੈ, ਮੇਰੇ ਰੱਬ ਨੂੰ ਪਤਾ ਹੈ, ਜਾਂ ਅਮਾਨਤ ਫੈਮਿਲੀ ਨੂੰ ਪਤਾ ਹੈ, ਬਾਕੀ ਕਿਸੇ ਨੂੰ ਕੋਈ ਪਤਾ ਨਹੀਂ ਹੈ। ਅਤੇ ਬਾਕੀ ਜੀ, ਇਹਨਾਂ ਦੀ ਜ਼ਰੂਰੀਅਤ ਜਿਹੜੀ ਹੈ ਉਹ ਵੀ ਇਨਸ਼ਾਅੱਲਾ ਪੂਰੀ ਕਰਦੇ ਪਏ, ਘਰ ਦੇ ਜਿਤਨਾ ਖਰਚਾ ਹੋ ਰਿਹਾ ਉਹ ਵੀ ਕਰਦੇ ਪਏ ਇਨਸ਼ਾਅੱਲਾ, ਔਰ ਘਰ ਖੂਬਸੂਰਤ ਬਣਾਵਾਂਗੇ। ਸਾਡਾ ਹੁਣ ਇੱਕੋ ਹੀ ਕੰਮ ਰਹਿ ਗਿਆ, ਵਾਸ਼ਰੂਮ ਵਾਲਾ, ਦਰਵਾਜ਼ੇ ਬੂਹੇ ਵਾਲਾ ਹੋ ਗਿਆ, ਚੁੱਲ੍ਹੇ ਲੱਗ ਗਏ, ਮਿੱਟੀ ਬਣੀ ਪਈ ਆ, ਚੌਤਰਾ ਲਿੰਬਾਈ ਹੋ ਜਾਏਗਾ, ਹੁਣ ਵਾਸ਼ਰੂਮ ਤਿਆਰ ਹੋਣਾ ਅਤੇ ਸਾਡਾ ਘਰ ਮੁਕੰਮਲ ਹੈ। ਉਸ ਤੋਂ ਬਾਅਦ ਅਸੀਂ ਇਹਦੀ ਜਿਹੜੀ ਹੈ ਨਾ ਸੈਟਿੰਗ ਜਿਹੜੀ ਹੈ ਜਾਂ ਖੂਬਸੂਰਤੀ ਵਾਸਤੇ ਜੋ ਕਰਨਾ ਫਿਰ ਉਹ ਕਰਨਾ, ਰਸਤੇ ਬਣਾਉਣੇ ਨੇ, ਇਹ ਲਿੰਬਾਈ ਕਰਨੀ ਆ, ਸਫਾਈ ਕਰਨੀ ਆ, ਇਹ ਲੋਨ ਦੀ ਸਾਰੀ ਸਫਾਈ ਹੋ ਜਾਏਗੀ, ਇਹ ਰਸਤਾ ਬਣ ਜਾਏਗਾ, ਬਸ ਇਹ ਕੰਮ ਆ, ਬਾਹਰਲੇ ਰਸਤੇ ਬਣਾਉਣੇ ਨੇ, ਸੜਕ ਜਿਹੜੀ ਹੈ ਸਾਫ਼ ਕਰਨੀ ਆ, ਸੜਕ ਦੇ ਨਾਲ ਨਾਲ ਇੱਟਾਂ ਲਾਉਣੀਆਂ ਨੇ ਤਾਂ ਕਿ ਸੜਕ ਸਾਫ਼ ਰਹੇ, ਬਾਹਰ ਜਿਹੜੀ ਕਿਆਰੀ ਬਣਾਈ ਆ ਉਹ ਬਿਲਕੁਲ ਸੈਟਿੰਗ ਉਹਦੀ ਕਰਨੀ ਆ, ਅੰਦਰ ਵਾਲੀ ਕਿਆਰੀਆਂ ਦੀ, ਇਹ ਵਾਲੀ ਕਿਆਰੀਆਂ ਦੀ, ਮਤਲਬ ਆਲ ਟੂ ਆਲੇ ਬਾਅਦ ਜਿਹੜਾ ਨਾ ਸਾਰਾ ਕੰਮ ਹੋਏਗਾ। ਮੇਜਰ ਜਿਹੜਾ ਕੰਮ ਸੀ ਨਾ ਜੀ, ਉਹ ਹੈ ਸੀ ਸਾਡਾ ਵਾਟਰ ਪੰਪ ਨਹੀਂ ਸੀ ਚੱਲਦਾ ਪਿਆ, ਇਹ ਅਲਹਮਦੁਲਿਲਾ ਚੱਲ ਗਿਆ, ਬੂਹੇ ਬਾਰੀਆਂ ਨਹੀਂ ਸੀ ਲੱਗਦੀਆਂ ਪਈਆਂ ਉਹ ਅਲਹਮਦੁਲਿਲਾ ਲੱਗ ਗਈਆਂ, ਮੀਟਰ ਨਹੀਂ ਸੀ ਲੱਗਦਾ ਪਿਆ ਉਹ ਵੀ ਮੀਟਰ ਜਿਹੜਾ ਨਾ ਅਲਹਮਦੁਲਿਲਾ ਲੱਗ ਗਿਆ, ਬਲਬ ਚੱਲਦੇ ਪਏ ਨੇ, ਰੋਸ਼ਨੀ ਵੀ ਹੋ ਗਈ, ਉਹ ਵੀ ਟੈਨਸ਼ਨ ਖਤਮ ਹੋ ਗਈ। ਇਹ ਮੋਬਾਈਲ ਚਾਰਜ ਕਰਨ ਵਾਸਤੇ ਮੇਰੇ ਘਰ ਜਾਂਦਾ ਸੀ ਦਿਹਾੜੀ 'ਚ ਤਿੰਨ ਤਿੰਨ ਚਾਰ ਚਾਰ ਵਾਰੀ, ਉਹ ਚੱਕਰ ਇਹਦਾ ਖਤਮ ਹੋ ਗਿਆ, ਮੋਬਾਈਲ ਚਾਰਜ ਹੋ ਸਕਦਾ ਇੱਥੇ ਆਰਾਮ ਨਾਲ, ਇੱਥੇ ਹੀ ਸਾਰਾ ਕੁਛ ਜਿਹੜਾ ਇਹਨੇ ਕਰੇਗਾ, ਔਰ ਉਸ ਤੋਂ ਬਾਅਦ ਰਾਤ ਨੂੰ ਬਲਬ ਬਲਦਾ ਪਿਆ, ਰੋਸ਼ਨੀ ਹੋਏਗੀ, ਬੱਚਿਆਂ ਨੂੰ ਟੈਨਸ਼ਨ ਕੋਈ ਨਹੀਂ ਹੈ। ਫਿਰ ਹੁਣ ਬੂਹੇ ਬਾਰੀਆਂ ਵੀ ਲੱਗ ਗਈਆਂ ਨੇ, ਹੁਣ ਮੱਛਰ ਵੀ ਨਹੀਂ ਅੰਦਰ ਜਾਏਗਾ, ਮੱਛਰ ਤੋਂ ਵੀ ਜਿਹੜੀ ਹੈ ਨਾ ਹੁਣ ਅਲਹਮਦੁਲਿਲਾ ਇਹਨਾਂ ਦੀ ਬਚਤ ਹੋ ਗਈ। ਬਸ ਹੁਣ ਇੱਕ ਸਿਰਫ ਪ੍ਰੋਬਲਮ ਹੈ, ਉਹ ਹੈ ਲਈ ਸਾਡੇ ਵਾਸ਼ਰੂਮ ਦੀ, ਵਾਸ਼ਰੂਮ ਸਾਡਾ ਤਿਆਰ ਹੋ ਜਾਏਗਾ ਨਾ ਅਤੇ ਘਰ ਸਾਡਾ ਕੰਪਲੀਟ ਹੋ ਜਾਣਾ, ਉਸ ਤੋਂ ਬਾਅਦ ਫਿਰ ਅਸੀਂ ਇਹਦੀ ਸਫਾਈ ਕਰਨੀ ਆ, ਉਹ ਸਾਡਾ ਇੱਕ ਦਿਨ ਲੱਗੇ, ਦੋ ਦਿਨ ਲੱਗਣ, ਚਾਰ ਦਿਨ ਲੱਗਣ, ਜਿਤਨੇ ਵੀ ਲੱਗਣਗੇ ਨਾ ਉਹ ਸਫਾਈ 'ਤੇ ਲੱਗਣੇ ਆ, ਉਹ ਕਰਕੇ ਤਾਂ ਸਾਡਾ ਘਰ ਜਿਹੜਾ ਨਾ ਉਹ ਅਲਹਮਦੁਲਿਲਾ ਮੁਕੰਮਲ ਹੋ ਜਾਏਗਾ। ਫਿਰ ਉਸ ਤੋਂ ਬਾਅਦ ਬੇਗਮ ਜਾਣੇ ਅਤੇ ਨਸੀਮ ਜਾਣੇ, ਫਿਰ ਇਹਨਾਂ ਦੋਵਾਂ ਦਾ ਕੰਮ ਹੈ ਜੀ, ਫਿਰ ਸਾਡਾ, ਮੇਰਾ ਅਤੇ ਅਮਾਨਤ ਦਾ ਕੰਮ ਖਤਮ ਹੋ ਜਾਣਾ, ਅਸੀਂ ਤਾਂ ਸਵੇਰੇ ਕੈਮਰਾਮੈਨ ਹੀ ਹੋਣਾ, ਇੰਝ ਹੈ ਨਾ, ਅਸੀਂ ਸਿਰਫ ਕੈਮਰਾ ਹੀ ਚਲਾਉਣਾ ਵਾ, ਬਾਕੀ ਇਹਨਾਂ ਦਾ ਕੰਮ ਹੋਣਾ ਵਾ, ਸਫਾਈਆਂ ਇਹਨਾਂ ਨੇ ਕਰਨੀਆਂ ਨੇ, ਇਹਨਾਂ ਘਰ ਦੇ ਮਤਲਬ ਰੰਗ ਰੋਗਨ ਕਰਨੇ ਨੇ, ਇਹਨਾਂ ਨੇ ਬੂਟੇ ਮਾਰਨੇ ਨੇ, ਜੋ ਕੁਛ ਵੀ ਕਰਨਾ ਇਹਨਾਂ ਨੇ ਕਰਨਾ, ਅਸੀਂ ਫਿਰ ਸਿਰਫ ਕੈਮਰਾਮੈਨ ਹੀ ਕਰਾਂਗੇ, ਨਾਲ ਥੋੜ੍ਹੀ ਬਹੁਤ ਹੈਲਪ ਜਿਤਨੀ ਹੋ ਸਕੀ ਉਹ ਕਰਾਵਾਂਗੇ। ਬੇਗਮ ਸਾਹਿਬਾ,
ਆਜੋ ਚਲੀਏ ਬਸ ਕਰੀਏ ਜਾ ਕੇ ਹਾਲੇ ਰੋਟੀ ਛੋਟੀ ਵੀ ਕਰਨੀ ਅਮਾਨਤ ਬਾਈ ਓਕੇ ਹੋ ਗਿਆ ਬਾਰਲਾ ਬਲਬ ਬਾਲ ਦੇ ਚਾਨਣ ਕਰ ਲਾ ਤੇ ਰੋਟੀ ਪਾਣੀ ਕਰੋ ਤੇ ਇੰਜੋਏ ਕਰੋ ਜੀ ਦਰਵਾਜ਼ਾ ਜਿਹੜਾ ਨਾ ਫਿਰ ਲਾ ਲ ਇਹਨੂੰ ਉਸੇ ਤਰ੍ਹਾਂ ਟੇਕਾ ਲਾ ਦੇ ਖੋਲ ਦੇ ਅੱਜ ਦਾ ਦਿਨ ਉਹਨੂੰ ਖੋਲੀ ਰੱਖ ਆਰਾਮ ਸਕੂਨ ਨਾਲ ਟੇਕਾ ਕਰੀ ਥੱਲੂ ਉਹਨਾਂ ਨਾਲ ਹਿੱਲੇ ਨਾ ਪਿਆਰ ਨਾਲ ਇਹਨੂੰ ਖੋਲ ਕੇ ਟੇਕਾ ਲਾ ਦੇ ਤੇ ਉਹ ਪਰਦਾ ਤਾਣ ਲਓ ਹਾਂ ਤੇ ਬਾਕੀ ਸੁਬਹਾ ਜਿਹੜਾ ਨਾ ਇਹ ਦਰਵਾਜ਼ਾ ਫਿੱਟ ਹੋ ਜਾਏਗਾ ਕੁੰਡੇ ਵੀ ਲੱਗ ਜਾਣਗੇ ਸਭ ਕੁਝ ਓਕੇ ਹੋ ਜਾਏਗਾ ਹਾਂਜੀ ਚਲਾਓ ਜੀ ਚੱਲਦੇ ਹਾਂ ਜੀ ਘਰ ਚੱਲ ਕੇ ਨਾ ਬੱਚਿਆਂ ਦਾ ਜਿਹੜਾ ਨਾ ਕੋਈ ਹਿਸਾਬ ਕਿਤਾਬ ਲਾਉਂਦੇ ਹਾਂ ਵੀ ਬੱਚੇ ਕੀ ਕਰਦੇ ਪਏ ਨੇ ਔਰ ਅਸੀਂ ਜਾ ਕੇ ਹੁਣ ਖਾਣਾ ਪਕਾਉਣਾ ਕੀ ਕਰਨਾ ਇਹ ਵੀ ਹਾਲੇ ਜਾ ਕੇ ਘਰ ਹੀ ਜਿਹੜਾ ਸੋਚਣਾ ਸ਼ਾਮ ਦੀਆਂ ਅਜ਼ਾਨਾਂ ਆ ਚੁੱਕੀਆਂ ਹੋਈਆਂ ਨੇ 9-10 ਵਜੇ ਦੇ ਆਏ ਹੋਏ ਆ ਕੰਮ ਜਿਹੜਾ ਨਾ ਮਾਸ਼ਾਅੱਲਾ ਕਾਫੀ ਹੋ ਗਿਆ ਅਲਹਮਦੁਲਿਲਾ ਜੀ ਘਰ ਪਹੁੰਚ ਚੁੱਕੇ ਹੋਏ ਆ ਔਰ ਆਉਂਦੇ ਸਾਰ ਹੀ ਜਿਹੜਾ ਨਾ ਖਾਣੇ ਪਕਾਉਣੇ ਨੂੰ ਲੱਗ ਪਏ ਆ ਅਲਹਮਦੁਲਿਲਾ ਜੀ ਖਾਣਾ ਜਿਹੜਾ ਨਾ ਸਾਡਾ ਪੱਕ ਚੁੱਕਿਆ ਹੋਇਆ ਔਰ ਮੈਂ ਹੋ ਗਿਆ ਜੀ ਥੋੜ੍ਹਾ ਜਿਹਾ ਨਾਰਾਜ਼ ਇਸ ਵਜੇ ਤੋਂ ਸਾਈਡ 'ਤੇ ਲੈ ਕੇ ਬੈਠਾ ਹੋਇਆ ਚਾਵਲ ਮੈਂ ਬੇਗਮ ਨੂੰ ਆਖਿਆ ਸੀ ਮੈਨੂੰ ਰੋਟੀ ਬਣਾ ਦੇ ਚਾਵਲ ਮੈਂ ਨਹੀਂ ਖਾਣੇ ਲੇਕਿਨ ਬੇਗਮ ਸਾਹਿਬ ਨੇ ਕਿਹਾ ਜੀ ਮੈਂ ਥੱਕੀ ਹੋਈ ਹਾਂ ਰੋਟੀ ਮੇਰੇ ਕੋਲ ਨਹੀਂ ਬਣਦੀ ਅਤੇ ਇਸ ਵਜ੍ਹਾ ਤੋਂ ਚਾਵਲ ਹੀ ਜਿਹੜੇ ਨਾ ਖਾਣੇ ਪੈਣੇ ਖਾਣੇ ਤਾਂ ਪੈਣੇ ਨੇ ਜੀ ਲੇਕਿਨ ਉਹ ਉੱਧਰ ਬੈਠੇ ਹੋਏ ਨੇ ਉਹ ਵਾਲੀ ਸਾਰੀ ਫੈਮਿਲੀ ਜਿਹੜੀ ਹੈ ਨਾ ਜੀ ਉਹ ਉੱਧਰ ਬੈਠੀ ਹੋਈ ਹੈ ਖਾਣਾ ਖਾ ਰਹੀ ਹੈ ਮੈਂ ਇੱਧਰ ਅਲੱਗ ਕੁਰਸੀ 'ਤੇ ਬਹਿ ਗਿਆ ਆਪਣੀ ਪਲੇਟ ਫੜ ਲਈ ਹੈ ਅਤੇ ਮੈਂ ਇੱਧਰ ਖਾਣ ਲੱਗ ਪਿਆ ਮਨਾ ਮੈਨੂੰ ਕੋਈ ਨਹੀਂ ਕੀਤੇ ਡਾਕਟਰ ਨੇ ਚਾਵਲ ਲੇਕਿਨ ਆਪਣੀ ਇਤਿਹਾਦ ਦੀ ਵਜ੍ਹਾ ਤੋਂ ਨਾ ਨਹੀਂ ਖਾ ਰਿਹਾ ਵੀ ਮਤਲਬ ਕਹਿੰਦੇ ਨੇ ਕਿ ਚਾਵਲਾਂ ਨਾਲ ਜ਼ਿਆਦਾ ਮਸਲਾ ਬਣਦਾ ਅਗਰ ਕੋਈ ਗੁਰਦੇ ਦੀ ਪ੍ਰੋਬਲਮ ਹੋਵੇ ਤਾਂ ਅਤੇ ਮੈਂ ਇਸ ਵਜ੍ਹਾ ਤੋਂ ਫਿਰ ਥੋੜ੍ਹਾ ਜਿਹੜਾ ਮੈਂ ਪਰਹੇਜ਼ ਕਰਨਾ ਵਾ ਲੇਕਿਨ ਅੱਜ ਖਾਣੇ ਪੈ ਰਹੇ ਨੇ ਜੋ ਖਾਣੇ ਆ ਚਾਵਲ ਔਰ ਇੰਜੋਏ ਕਰਨੇ ਆ ਉਸ ਤੋਂ ਬਾਅਦ ਸਾਡੀ ਹਸਬੇ ਹਾਲ ਰੂਟੀਨ ਕੋਈ ਇੱਕ ਦੋ ਵਲੋਗ ਦੇਖਾਂਗੇ ਕੋਈ ਝੜ ਗੱਪ ਸ਼ੱਪ ਕਰਾਂਗੇ ਫੈਮਿਲੀ ਨਾਲ ਔਰ ਉਸ ਤੋਂ ਬਾਅਦ ਫਿਰ ਸੌਂ ਜਾਵਾਂਗੇ ਸੁਬਹਾ ਉੱਠਾਂਗੇ ਤਾਂ ਨਵਾਂ ਵਲੋਗ ਸ਼ੁਰੂ ਕਰਾਂਗੇ ਔਰ ਉਹਦੇ ਵਿੱਚ ਹੀ ਦੁਬਾਰਾ ਮੁਲਾਕਾਤ ਹੋਏਗੀ ਇਨਸ਼ਾਅੱਲਾ ਸਫਦਰ ਸਾਹਿਬ ਔਰ ਉਸਦੀ ਪੂਰੀ ਫੈਮਿਲੀ ਨੂੰ ਦੋ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਹੈ ਦੁਆਵਾਂ ਹੀ ਯਾਦ ਰੱਖਣਾ ਹੈ ਪੰਡਾ ਬਨ ਬਨ ਪਿਆਰ ਅੱਲਾ ਹਾਫਿਜ਼ ਅੱਲਾ ਹਾਫਿਜ਼।